ਜਸਟ ਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਲੋਕਤੰਤਰ ਦੇ ਇਸ ਦੌਰ ਦੇ ਵਿੱਚ ਅਸੀਂ ਭੀੜਤੰਤਰ ਦੇ ਦੌਰ ਵਿੱਚ ਵੀ ਗੁਜ਼ਰ ਰਹੇ ਹੈਗੇ ਹਾਂ। ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਮਾਮਲੇ ਵਿੱਚ ਉਹਦੇ ਸਵਾਲਾਂ ਦੇ ਨਾਲ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਅਸੀਂ ਉਸ ਦੌਰ ਵਿੱਚ ਹਾਂ ਜਿੱਥੇ ਮੌਬ ਲਿੰਚਿੰਗ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ। ਅਸੀਂ ਉਸ ਦੌਰ ਵਿੱਚ ਹਾਂ ਜਿੱਥੇ ਹੈਦਰਾਬਾਦ ਪੁਲਿਸ ਇਨਕਾਊਂਟਰ 'ਤੇ ਜਸ਼ਨ ਮਨਾਏ ਜਾ ਰਹੇ ਆ। ਅਸੀਂ ਉਸ ਦੌਰ ਵਿੱਚ ਹਾਂ ਜਿੱਥੇ ਧਾਰਾ 370 ਦੀ ਗੱਲ ਹੋ ਰਹੀ ਹੈ। ਅਸੀਂ ਉਸ ਦੌਰ ਵਿੱਚ ਹਾਂ ਜਿੱਥੇ ਮਹਿਲਾਵਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ। ਅਸੀਂ ਉਸ ਦੌਰ ਦੇ ਵਿੱਚ ਹਾਂ ਜਿੱਥੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੇ ਲਈ ਸੰਘਰਸ਼ ਕਰਨਾ ਪੈ ਰਿਹਾ, ਪਰ ਉਹਨਾਂ ਦੀ ਆਵਾਜ਼ ਕਿੱਥੇ ਸੁਣੀ ਜਾ ਰਹੀ ਹੈ। ਸਾਡਾ ਸਵਾਲ ਇੱਕੋ ਹੀ ਹੋਵੇਗਾ, ਮਨੁੱਖੀ ਅਧਿਕਾਰ ਦਿਵਸ ਅਸੀਂ ਮਨਾ ਰਹੇ ਹਾਂ, ਪਰ ਕੀ ਮਨੁੱਖੀ ਅਧਿਕਾਰਾਂ ਦਾ ਦਾਇਰਾ ਸੁੰਗੜਦਾ ਪਿਆ ਹੈਗਾ? ਸਵਾਲ ਇਹ ਵੀ ਹੋਵੇਗਾ ਅਤੇ ਕੀ ਸਾਡਾ ਸਮਾਜ ਜਿਹੜਾ ਮਨੁੱਖੀ ਹੱਕਾਂ ਦੇ ਲਈ ਅੱਗੇ ਆ ਰਿਹਾ ਕਿ ਨਹੀਂ ਆ ਰਿਹਾ? ਉਸ ਸਮਾਜ 'ਤੇ ਵੀ ਸਵਾਲ ਹੋਣੇ ਲਾਜ਼ਮੀ ਹੈ ਅਤੇ ਇਸ ਸਮਾਜ ਨੂੰ ਕਿਹੜਾ ਸਿਸਟਮ ਆ ਜਿਹੜਾ ਰਾਹ ਦੇ ਰਿਹਾ ਹੈਗਾ? ਸਵਾਲ ਇੱਕੋ ਪੁੱਛਿਆ ਜਾਵੇਗਾ, ਕੌਣ ਕਿੰਨਾ ਸੁਣ ਰਿਹਾ? ਮਨੁੱਖੀ ਹੱਕ ਇੱਥੇ ਰੱਖ। ਮਨੁੱਖੀ ਅਧਿਕਾਰ ਦਿਵਸ ਦੀ ਲੋੜ ਕਿਉਂ ਪੈਂਦੀ ਹੈਗੀ ਹੈ, ਲੋੜ ਕਿਉਂ ਪਈ ਹੈ, ਪਹਿਲਾਂ ਤੁਹਾਨੂੰ ਉਹ ਦੱਸ ਦਈਏ। ਲੋੜ ਇਸ ਕਰਕੇ ਪਈ ਹੈ ਕਿ ਹੱਕਾਂ ਨੂੰ ਯਾਦ ਕਰਵਾਉਣ ਲਈ ਇਹ ਦਿਹਾੜਾ ਮਨਾਇਆ ਜਾਂਦਾ। ਮਨੁੱਖੀ ਹੱਕਾਂ ਵੱਲ ਧਿਆਨ ਵਧਾਉਣ ਦੇ ਲਈ ਇਹ ਦਿਵਸ ਐਲਾਨਿਆ ਗਿਆ ਸੀਗਾ। ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਸੁਚੇਤ ਕਰਨਾ ਦਿਵਸ ਦਾ ਮੰਤਵ ਹੈ। ਪਤਾ ਨਹੀਂ ਕੋਈ ਕਿੰਨਾ ਸੁਚੇਤ ਕਰਦਾ, ਜਾਗਰੂਕ ਕਰਦਾ, ਨਹੀਂ ਕਰਦਾ। ਸਭ ਨੂੰ ਲੋਕਰਾਜੀ ਤਰੀਕੇ ਨਾਲ ਜਿਉਣ ਦਾ ਹੱਕ ਹੈ। ਤਾਨਾਸ਼ਾਹੀ ਦਾ ਅੰਤ ਕਰਨ ਲਈ ਮਨੁੱਖੀ ਅਧਿਕਾਰ ਦਿਵਸ ਹੈ ਜਿਹੜਾ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਜ਼ਬਰ ਜ਼ੁਲਮ ਰੋਕਣ ਲਈ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਜਿਹੜੀ ਉਹ ਜ਼ਰੂਰੀ ਹੈ ਕੀ ਹੈ, ਇਹ ਵੀ ਮਨੁੱਖੀ ਅਧਿਕਾਰ ਦਿਵਸ ਦੀ ਲੋੜ ਦੇ ਵਿੱਚ ਸ਼ਾਮਲ ਹੈ। ਸਾਡੇ ਕਿਹੜੇ ਹੱਕ ਹੈਗੇ ਆ, ਉਹਨਾਂ ਹੱਕਾਂ ਨੂੰ ਵੀ ਸਮੇਂ ਨਾਲ ਲਾਜ਼ਮੀ ਹੈਗਾ। ਸਿਹਤ, ਆਰਥਿਕ, ਸਮਾਜਿਕ ਅਤੇ ਸਿੱਖਿਆ ਦੇ ਹੱਕ ਸ਼ਾਮਲ ਹੈ ਸਾਨੂੰ। ਜਾਤੀ, ਰਾਸ਼ਟਰੀ, ਧਰਮ ਜਾਂ ਲਿੰਗ ਦੇ ਆਧਾਰ 'ਤੇ ਭੇਦਭਾਵ ਨਾ ਹੋਵੇ, ਇਹ ਵੀ ਸਾਡੇ ਹੱਕਾਂ ਵਿੱਚ ਸ਼ਾਮਲ ਹੈ। ਬਾਲ ਵਿਆਹ, ਸਿਹਤ, ਭੋਜਨ, ਬਾਲ ਮਜ਼ਦੂਰੀ ਕਮਿਸ਼ਨ ਦੇ ਅਧੀਨ ਹੈ, ਜਿਹੜੇ ਕਮਿਸ਼ਨ ਬਣਦੇ ਆ ਮਨੁੱਖੀ ਅਧਿਕਾਰ ਕਮਿਸ਼ਨ, ਉਹਨਾਂ ਦੇ ਅਧੀਨ ਆਉਂਦਾ ਹੈ। ਹਿਰਾਸਤ, ਇਨਕਾਊਂਟਰ 'ਚ ਹੋਣ ਵਾਲੀਆਂ ਮੌਤਾਂ ਦੀ ਜਾਂਚ ਦਾ ਹੱਕ ਹੈ। ਅਸੀਂ ਸਵਾਲ ਕਰ ਸਕਦੇ ਹਾਂ ਕਿ ਹਿਰਾਸਤ ਇਨਕਾਊਂਟਰ ਵਿੱਚ ਮੌਤ ਕਿਉਂ ਹੋਈ। ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਹੱਕ ਦਿਵਾਉਣਾ ਕਮਿਸ਼ਨ ਦਾ ਮੰਤਵ ਹੈ, ਇਹ ਵੀ ਮੰਤਵ ਹੈਗਾ, ਮਕਸਦ ਹੈਗਾ, ਘੱਟ ਗਿਣਤੀ ਦੇ ਦਲਿਤ ਹੈ ਉਹਨਾਂ ਦੇ ਹੱਕ, ਉਹਨਾਂ ਦੀ ਗੱਲ ਕੀਤੀ ਜਾਵੇ। ਦੁਨੀਆ ਦੇ ਸਾਰੇ ਲੋਕ ਅਣਖ ਅਤੇ ਹੱਕ ਦੇ ਮਾਮਲੇ 'ਚ ਆਜ਼ਾਦ ਅਤੇ ਬਰਾਬਰ ਨੇ। ਹਰ ਇਨਸਾਨ ਨੂੰ ਬਿਨਾਂ ਵਿਤਕਰੇ ਤੋਂ ਸਾਰੇ ਹੱਕ ਅਤੇ ਆਜ਼ਾਦੀ ਦੇਣਾ ਮਕਸਦ ਹੈਗਾ। ਬੜਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਮਨੁੱਖੀ ਅਧਿਕਾਰਾਂ ਦੀ ਰਾਖੀ ਮੁਤਾਲਕ ਦੁਨੀਆ ਭਰ ਵਿੱਚ ਕਿਹੜੀ ਬਹਿਸ ਦੀ ਲੋੜ ਹੈ ਅਤੇ ਉਸੇ ਬਹਿਸ ਦਾ ਆਗਾਜ਼ ਕਰਨ ਜਾ ਰਹੇ ਹਾਂ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਵਿੱਚ ਨੇ। ਪ੍ਰੋਫੈਸਰ ਮਨਜੀਤ ਸਿੰਘ ਅਕਸਰ ਦਲਿਤਾਂ ਦੀ, ਆਦਿਵਾਸੀਆਂ ਦਾ, ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਹੈਗੇ, ਇਸ ਕਰਕੇ ਉਹਨਾਂ ਸੱਦਿਆ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ, ਇਹਨਾਂ ਨੇ ਉਹਨਾਂ 'ਤੇ ਬੜਾ ਕੰਮ ਵੀ ਕੀਤਾ ਹੋਇਆ। ਮਾਲਵੀ ਸਿੰਘ ਮਾਲੀ, ਪੋਲੀਟੀਕਲ ਕਮੈਂਟੇਟਰ ਤੌਰ 'ਤੇ ਵਿੱਚ ਆਦੇ ਨੇ। ਅਕਸਰ ਇਹ ਜਸਵੰਤ ਸਿੰਘ ਖਾਲੜਾ ਹਰਾਂ ਜ਼ਿਕਰ ਕਰਦੇ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ, ਇਸ ਕਰਕੇ ਉਹਨਾਂ ਸੱਦਿਆ ਮਾਲੀ ਸਾਹਿਬ ਨੂੰ ਕਿ ਮਨੁੱਖ੿ੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਹੁਣ ਕਿੰਨੇ ਲੋਕ ਰਹਿ ਗਏ। ਮਾਲੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਪਰਮਜੀਤ ਸਿੰਘ ਕੈਂਥ, ਇਹ ਪ੍ਰਧਾਨ ਨੇ ਨੈਸ਼ਨਲ ਸ਼ਡਿਊਲ ਕਮਿਸ਼ਨ, ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ ਦੇ। ਕੈਂਥ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਇਹ ਅਕਸਰ ਕਹਿੰਦੇ ਆ ਕਿ ਦਲਿਤ ਸ਼ਬਦ ਆ ਜਿਹੜਾ ਉਹ ਮੈਨੂੰ ਬਿਹਤਰ ਨਹੀਂ ਲੱਗਦਾ ਹੈਗਾ, ਸ਼ਡਿਊਲ ਕਾਸਟ ਆ ਜਿਹੜਾ ਉਹ ਸ਼ਬਦ ਐਪਰੋਪ੍ਰੀਏਟ ਲੱਗਦਾ ਹੈਗਾ। ਪਰ ਕੈਂਥ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦੱਬੇ ਕੁਚਲਾਂ ਦੇ ਲੋਕਾਂ ਦੀ ਗੱਲ ਜਿਨ੍ਹਾਂ ਜਿਨ੍ਹਾਂ ਨੇ ਕੀਤੀਆਂ ਹੈਗੀਆਂ, ਉਹਨਾਂ ਨੇ ਸਿਆਸੀ ਰੋਟੀਆਂ ਸੇਕੀਆਂ, ਉਹਨਾਂ ਨੂੰ ਉਹਨਾਂ ਦੇ ਹੱਕ ਕਿੰਨੇ ਦਵਾਏ ਹੈਗੇ। ਕੈਂਥ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਰਾਜੀਵ ਗੁਦਾਰਾ, ਇਹ ਐਕਟਿਵਿਸਟ ਦੇ ਤੌਰ 'ਤੇ ਵਿਚਰਦੇ ਨੇ, ਖੁਦ ਵਕੀਲ ਵੀ ਨੇ ਅਤੇ ਜਿਹੜੀ ਸਿਆਸੀ ਸਰਗਰਮੀਆਂ ਹੈਗੀਆਂ ਉਹਨਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹੈਗੇ ਆ ਅਤੇ ਸਵਰਾਜ ਦਾ ਅਕਸਰ ਜ਼ਿਕਰ ਕਰਦੇ ਹੈ ਕਿਉਂਕਿ ਸਵਰਾਜ ਇੰਡੀਆ ਨਾਲ ਇਹ ਤਲਕ ਵੀ ਰੱਖਦੇ ਹੈਗੇ ਆ। ਇਸ ਕਰਕੇ ਉਹਨਾਂ ਸੱਦਿਆ ਕਿ ਸਵਰਾਜ ਸਾਨੂੰ ਮਿਲੇਗਾ ਕਦੋਂ ਜਾਂ ਸਵਰਾਜ ਇੱਕ ਸੁਪਨਾ ਬਣ ਕੇ ਰਹਿ ਜਾਵੇਗਾ। ਗੁਦਾਰਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਤੁਹਾਨੂੰ ਹੀ ਕਰਨਾ ਚਾਹੂੰਗਾ ਕੈਂਥ ਸਾਹਿਬ। ਕੈਂਥ ਸਾਹਿਬ, ਅੱਜ ਦੇ ਦਿਨ ਨੂੰ ਅਸੀਂ ਕਿਸ ਤਰੀਕੇ ਨਾਲ ਸੋਚੀਏ, ਕਿਸ ਤਰੀਕੇ ਨਾਲ ਦੇਖੀਏ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਭੀੜਤੰਤਰ ਦੀ ਗੱਲ ਕਰਦੇ ਹਾਂ ਅਤੇ ਭੀੜਤੰਤਰ ਜੋ ਗੱਲ ਹੁੰਦੀ ਹੈ ਅਤੇ ਫਿਰ ਦੱਬੇ ਕੁਚਲੇ ਲੋਕਾਂ ਦਾ ਜ਼ਿਕਰ ਹੁੰਦਾ। ਕੈਂਥ ਸਾਹਿਬ, ਜੋ ਮਨੁੱਖੀ ਅਧਿਕਾਰ ਦਿਵਸ ਹਰ ਸਾਲ ਮਨਾਏ ਜਾਂਦੇ ਨੇ, ਉਹਨਾਂ ਦਿਵਸਾਂ ਦੇ ਵਿੱਚ ਜਿਨ੍ਹਾਂ ਅਧਿਕਾਰਾਂ ਦੇ ਲਈ ਇਹ ਬਣਾਇਆ ਗਿਆ, ਕਈ ਵਾਰ ਦੇਖਿਆ ਕਿ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਪਿਛਲੇ ਦਿਨੀ ਸੰਗਰੂਰ ਦੇ ਵਿੱਚ ਇੱਕ ਘਟਨਾ ਵਾਪਰੀ, ਜਦੋਂ ਕਿ ਹਿਊਮਨ ਰਾਈਟਸ ਕਮਿਸ਼ਨ ਉਹਦਾ ਸੰਗਿਆਨ ਲੈਣਾ ਚਾਹੀਦਾ ਸੀ ਕਿ ਜਦੋਂ ਨੌਜਵਾਨ ਨੂੰ ਕੁੱਟਿਆ ਗਿਆ, ਉਹਨੂੰ ਉਹਦਾ ਮਾਸ ਪਲਾਸ ਨਾਲ ਨੋਚਿਆ ਗਿਆ, ਉਹਦੀਆਂ ਲੱਤਾਂ ਨੂੰ ਰੋੜਾਂ ਦੇ ਨਾਲ ਤੋੜਿਆ ਗਿਆ, ਉਸ ਦੇ ਮੂੰਹ ਦੇ ਵਿੱਚ ਪਿਸ਼ਾਬ ਪਿਲਾਇਆ ਗਿਆ, ਇਹੋ ਜਿਹੀਆਂ ਘਟਨਾਵਾਂ ਦੇ ਉੱਤੇ ਜਦੋਂ ਹਿਊਮਨ ਰਾਈਟਸ ਕਮਿਸ਼ਨ ਹੈ ਚੁੱਪ ਹੋ ਜਾਏ ਤਾਂ ਫਿਰ ਕਿਸ ਕੰਮ ਦੇ ਲਈ ਹੈ? ਕਿਉਂਕਿ ਇਸ ਤਰ੍ਹਾਂ ਲੱਗਦਾ ਕਿ ਸਾਡੇ ਵਿੱਚ ਅਸੀਂ ਹਾਸਲ ਕੀ ਕੀਤਾ ਫਿਰ 71 ਸਾਲ ਦੇ ਵਿੱਚ ਅਸੀਂ ਹਾਸਲ ਕੀ ਕੀਤਾ, 1948 ਤੋਂ ਇਹ ਦਿਵਸ ਅਪਣਾਇਆ ਗਿਆ ਹੈਗਾ, ਉਸ ਤੋਂ ਬਾਅਦ ਹਾਸਲ ਕੀ ਹੈ ਸਾਡਾ ਫਿਰ? ਕਿਉਂਕਿ ਜਦੋਂ ਇਹ ਕਮਿਸ਼ਨ ਬਣਦੇ ਨੇ ਜਿਨ੍ਹਾਂ ਦੀਆਂ ਸਰਕਾਰਾਂ ਬਣਦੀਆਂ, ਉਹਨਾਂ ਆਪਣੇ ਬੰਦਿਆਂ ਨੂੰ, ਪੋਲੀਟੀਕਲ ਬੰਦਿਆਂ ਨੂੰ ਜਾਂ ਕਿਸੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੀ ਮਦਦ ਕਰਦੇ, ਉਹਨਾਂ ਨੂੰ ਐਡਜਸਟ ਕਰਨ ਦੇ ਲਈ ਇਹ ਕਮਿਸ਼ਨ ਬਣਾਏ ਗਏ ਨੇ। ਲੇਕਿਨ ਇਹ ਜਿੱਥੇ ਅਧਿਕਾਰਾਂ ਦੀ ਗੱਲ ਹੈ, ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉੱਥੇ ਇਹ
ਜਿਹੜੀ ਆ ਸ਼ਰਾਰਤੀ ਚੁੱਪ ਧਾਰ ਲੈਂਦੇ ਨੇ ਉੱਥੇ ਬੋਲਦੇ ਨਹੀਂ ਜਦੋਂ ਕਿ ਇਹਦਾ ਮਤਲਬ ਕੈਂਸਾ ਫਿਰ ਇਹ ਹੋਇਆ ਜਿਹੜੇ ਐਸ ਸੀ ਐਸ ਟੀ ਕਮਿਸ਼ਨ ਬਣਦੇ ਆ ਉਹਦੇ ਵਿੱਚ ਵੀ ਐਡਜਸਟਮੈਂਟ ਹੀ ਹੁੰਦੀ ਆ ਫਿਰ ਹਾਂ ਨੋ ਨੋ ਅਤੇ ਉਹਦੇ ਵਿੱਚ ਜਿਹੜੇ ਆਗੂ ਚੁਣੇ ਜਾਂਦੇ ਮੈਂਬਰ ਚੁਣੇ ਜਾਂਦੇ ਆ ਉਹ ਤਾਂ ਫਿਰ ਉਸੇ ਸਮਾਜ ਨਾਲ ਤਾਲੁਕ ਰੱਖਦੇ ਹੁੰਦੇ ਆ ਇਹਦਾ ਮਤਲਬ ਉਹ ਖੁਦ ਆਪਦੇ ਸਮਾਜ ਦਾ ਕਾਣ ਕਰਦੇ ਕਿਉਂਕਿ ਉਹ ਸਮਾਜ ਦੀ ਨੁਮਾਇੰਦਗੀ ਨਹੀਂ ਕਰ ਰਹੇ ਹੁੰਦੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਪਾਰਟੀ ਦੀ ਨੁਮਾਇੰਦਗੀ ਕਰਦੇ ਨੇ ਜਿਸ ਪਾਰਟੀ ਨਾਲ ਉਹ ਸੰਬੰਧਿਤ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਸਮਾਜ ਹੈ ਸਮਾਜ ਨੂੰ ਵੀ ਆਪਣੇ ਜਿਹੜੇ ਅਧਿਕਾਰ ਨੇ ਕਿਉਂਕਿ ਜਦੋਂ ਪੁਲਿਸ ਜਾਂ ਹੋਰ ਕਿਤੇ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਕਾਣ ਹੁੰਦਾ ਤਾਂ ਉਹਦੇ ਵਿੱਚ ਪਬਲਿਕ ਜਿਹੜੀ ਹੈ ਪਬਲਿਕ ਨੂੰ ਵੀ ਇਸ ਦੇ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਮਨੁੱਖੀ ਅਧਿਕਾਰ ਉਹ ਕਰਦੇ ਨੇ ਜਾਤੀ ਦੇ ਆਧਾਰ 'ਤੇ ਕਰਦੇ ਨੇ ਔਰ ਜਿਹੜੀ ਨਫ਼ਰਤ ਹੈ ਉਸ ਨਫ਼ਰਤ ਨੂੰ ਜਿਹੜੀ ਗੈਰ ਬਰਾਬਰੀ ਹੈ ਉਸਨੂੰ ਖਤਮ ਕਰਨ ਦੇ ਲਈ ਇਹ ਜਿਹੜਾ ਸਮਾਜ ਹੈ ਉਹਨੂੰ ਅੱਗੇ ਆਉਣਾ ਚਾਹੀਦਾ ਜਦੋਂ ਤੱਕ ਸਮਾਜ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝੇਗਾ ਉਦੋਂ ਤੱਕ ਅਜੇ ਜਿਹੜੇ ਹਾਲਾਤ ਨੇ ਉਹ ਬਣੇ ਰਹਿਣਗੇ ਚਲੋ ਠੀਕ ਹੈ ਮੈਂ ਵਾਪਸ ਆਊਂਗਾ ਗੁਰਦਾਰਾ ਸਾਹਿਬ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਤੁਸੀਂ ਮੇਰੇ ਪਹਿਲੇ ਸਵਾਲ 'ਤੇ ਕਸ਼ਮੀਰ ਦਾ ਜ਼ਿਕਰ ਕਰੋਗੇ 500 ਮਹਿਲਾਵਾਂ ਦੇ ਸਿਗਨੇਚਰ ਕੀਤੇ ਹੋਏ ਮੇਰੇ ਕੋਲ ਆ ਪੂਰੀ ਸੂਚੀ ਪਈ ਆ ਹਿਊਮਨ ਰਾਈਟਸ ਡੇ ਵਾਲੇ ਦਿਨ ਇਹ ਦਸਤਖਤ ਕੀਤੇ ਆ ਅਤੇ ਆਇਆ ਕਿ ਕਸ਼ਮੀਰੀ ਔਰਤਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਗੁਰਦਾਰਾ ਸਾਹਿਬ ਇਸ ਬਹਿਸ ਨੂੰ ਕਿੱਥੋਂ ਸ਼ੁਰੂ ਕੀਤਾ ਜਾਵੇ ਅਤੇ ਕਿੱਥੇ ਖਤਮ ਕੀਤਾ ਜਾਵੇ ਤੁਸੀਂ ਠੀਕ ਕਿਹਾ ਪਰ ਸਵਾਲ ਤਾਂ ਇਹ ਹੈ ਕਿ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਉਦੋਂ ਸੰਕਟ ਇਹ ਸਾਹਮਣੇ ਖੜਾ ਹੈ ਜਾਂ ਦੁਵਿਧਾ ਇਹ ਖੜੀ ਹੈ ਕਿ ਅਸੀਂ ਕਸ਼ਮੀਰ ਤੋਂ ਸ਼ੁਰੂ ਕਰੀਏ 370 ਦੇ ਫੈਸਲੇ ਤੋਂ ਬਾਅਦ ਜਿਹੜੇ ਉੱਥੇ ਹਾਲਤ ਉਹਦੀ ਗੱਲ ਕਰੀਏ ਜਾਂ ਛੱਤੀਸਗੜ੍ਹ ਦੇ ਸਰਕੇਗੁੜਾ ਦੀ ਗੱਲ ਕਰੀਏ ਜਿੱਥੇ ਪੂਰੇ ਪਿੰਡ ਦੇ ਵਿੱਚ ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ ਹੁਣ ਕਮਿਸ਼ਨ ਦੀ ਰਿਪੋਰਟ ਆ ਗਈ ਕਿ ਪੁਲਿਸ ਝੂਠ ਬੋਲੀ ਸੀ ਜਾਂ ਕਿ ਅਸੀਂ ਜਿਹੜਾ ਸੰਸਦ ਦੇ ਵਿੱਚ ਕੱਲ੍ਹ ਜਿਹੜਾ ਲੋਕ ਸਭਾ 'ਚ ਬਿੱਲ ਪਾਸ ਹੋਇਆ ਅਤੇ ਰਾਜ ਸਭਾ 'ਚ ਕੱਲ੍ਹ ਹੋ ਜਾਣਾ ਜੇ ਪੇਸ਼ ਹੋਣਾ ਅਤੇ ਉਮੀਦ ਕਰ ਲੱਗ ਰਹੀ ਕਿ ਹੋ ਜਾਣਾ ਜਿਹੜੀ ਹਾਲਤ ਹੋਈ ਹੈ ਉਸ ਬਿੱਲ ਦੀ ਗੱਲ ਕਰੀਏ ਚਾਰੇ ਪਾ ਜਾਂ ਤੇਲੰਗਾਨਾ ਦੇ ਵਿੱਚ ਜਿਸ ਤਰ੍ਹਾਂ ਕਿਲਿੰਗ ਹੋਈ ਉਹਦੀ ਗੱਲ ਕਰੀਏ ਅਤੇ ਜਿਹਦੇ ਜਸ਼ਨ ਮਨਾਇਆ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਹਾਂ ਕਾਨੂੰਨ ਕੰਮ ਨਹੀਂ ਕਰ ਰਿਹਾ ਸਿਸਟਮ ਕੰਮ ਨਹੀਂ ਕਰ ਰਿਹਾ ਇਸ ਕਰਕੇ ਤਰੀਕਾ ਤਾਂ ਇਹੀ ਠੀਕ ਹੈ ਅਤੇ ਹੋਰ ਜ਼ਿਆਦਾ ਖਰਾਬ ਗੱਲ ਇਹ ਹੈ ਜਿਹੜੀ ਪ੍ਰੋਗਰੈਸਿਵ ਫੋਰਸਿਸ ਨੇ ਕਦੇ ਕਦੇ ਉਹਨਾਂ ਦੀ ਆਵਾਜ਼ ਵੀ ਇਸੇ ਤਰ੍ਹਾਂ ਸੁਣਦੀ ਹੈ ਕਿ ਹੁਣ ਸਰਕਾਰਾਂ 'ਤੇ ਛੱਡੋ ਲੋਕਾਂ ਨੂੰ ਨਿਆਂ ਕਰਨਾ ਪੈਣਾ ਹੁਣ ਜੇ ਲੋਕਾਂ ਨੂੰ ਨਿਆਂ ਕਰਨਾ ਪੈਣਾ ਤਾਂ ਲਿੰਚਿੰਗ ਵੀ ਹੁੰਦੀ ਹੈ ਇਸ ਕਰਕੇ ਜਿਹੜੀ ਹਾਲਾਤ ਹੋ ਗਈ ਹੈ ਉਹਦੇ 'ਚ ਦੁਵਿਧਾ ਕਿ ਗੱਲ ਕਿੱਥੋਂ ਸ਼ੁਰੂ ਕਰੀਏ ਬਟ ਐਟ ਦ ਸੇਮ ਟਾਈਮ ਗੱਲ ਕਰਨੀ ਵੀ ਚਾਹੀਦੀ ਹੈ ਕਿ ਨਹੀਂ ਐਟ ਦ ਸੇਮ ਟਾਈਮ ਸਵਾਲ ਇਹ ਕਿਉਂਕਿ ਇਹਨਾਂ 'ਤੇ ਬਹਿਸ ਹੁਣ ਘੱਟ ਹੋਣ ਲੱਗ ਪਈ ਹੈ ਕਿਉਂਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਗੁਰਦਾਰਾ ਸਾਹਿਬ ਮਾਫ਼ ਕਰਨਾ ਨਹੀਂ ਸਿਰਫ ਕਰਨੀ ਚਾਹੀਦੀ ਹੈ ਨਾ ਹੀ ਸਿਰਫ ਕਰਨੀ ਚਾਹੀਦੀ ਹੈ ਬਲਕਿ ਹੋ ਰਹੀ ਹੈ ਬਹੁਤ ਤੇਜ਼ੀ ਨਾਲ ਵੀ ਹੋ ਰਹੀ ਹੈ ਦੋ ਧਾਰਾਂ ਇੱਕ ਲਗਾਤਾਰ ਚੱਲ ਰਹੀਆਂ ਨੇ ਇੱਕ ਪਾਸੇ ਗੱਲ ਵੀ ਹੋ ਰਹੀ ਹੈ ਆਵਾਜ਼ਾਂ ਤੇਜ਼ ਵੀ ਹੋ ਰਹੀਆਂ ਨੇ ਲੋਕ ਰਿਸਕ ਲੈ ਕੇ ਬੋਲ ਰਹੇ ਨੇ ਲੋਕ ਸੜਕ ਤੇ ਵੀ ਕਰ ਰਹੇ ਨੇ ਲੋਕ ਅਦਾਲਤਾਂ ਦੇ ਵਿੱਚ ਵੀ ਕਰ ਰਹੇ ਨੇ ਲੋਕ ਪ੍ਰਸ਼ਾਸਨ ਕੋਲ ਵੀ ਕਰ ਰਹੇ ਨੇ ਸਰਕੇਗੁੜਾ ਦੇ ਵਿੱਚ ਜਾ ਕੇ ਲੋਕ ਧਰਨੇ ਤੇ ਬੈਠੇ ਨੇ ਕਿ ਉਹ ਪੁਲਿਸ ਵਾਲਿਆਂ ਦੇ ਤੇ ਸਰਕਾਰ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਰਿਪੋਰਟ ਆਉਣ ਤੋਂ ਬਾਅਦ ਇਹ ਵੀ ਹੋ ਰਿਹਾ ਜਿਵੇਂ ਇਹਨਾਂ ਨੇ ਸੰਗਰੂਰ ਦੀ ਗੱਲ ਕੀਤੀ ਇਸ ਤਰ੍ਹਾਂ ਦੇ ਜਿੰਨੇ ਕੇਸਿਸ ਨੇ ਉੱਥੇ ਵੀ ਲੋਕ ਸੜਕਾਂ 'ਤੇ ਆ ਰਹੇ ਨੇ ਲੋਕ ਆਪ ਦੀ ਗੱਲ ਕਹਿ ਰਹੇ ਨੇ ਲੋਕ ਰਿਸਕ ਲੈ ਰਹੇ ਨੇ ਤੁਸੀਂ JNU ਦੇ ਸਟੂਡੈਂਟਸ ਨੂੰ ਵੇਖੋ ਆਪਦੀ ਗੱਲ ਕਹਿਣ ਵਾਸਤੇ ਲਾਠੀਆਂ ਖਾ ਰਹੇ ਨੇ ਪਰ ਸੜਕ 'ਤੇ ਨੇ ਇਸ ਕਰਕੇ ਦੋਵੇਂ ਗੱਲਾਂ ਇੱਕ ਪਾਸੇ ਹੈ ਅਤੇ ਸੰਘਰਸ਼ ਹੋਈ ਹੈ ਮੈਨੂੰ ਲੱਗਦਾ ਹੈ ਇੱਕ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮਜ਼ਾਕ ਉਡਾਇਆ ਜਾ ਰਿਹਾ ਇਸ ਗੱਲ ਦੀ ਚਿੰਤਾ ਸਾਡੇ ਸਮਾਜ ਦੇ ਵਿੱਚ ਕੁਝ ਬੰਦਿਆਂ ਨੂੰ ਹੋਣ ਲੱਗ ਪਈ ਹੈ ਜਿਹੜੇ ਮਨੁੱਖ ਅਧਿਕਾਰਾਂ ਵਾਸਤੇ ਖੜੇ ਨੇ ਉਹਨਾਂ ਨੂੰ ਹੋਣ ਲੱਗ ਪਈ ਹੈ ਜਾਂ ਉਹਨਾਂ 'ਤੇ ਜਿਹੜਾ ਮਜ਼ਾਕ ਉਡਾਉਣ ਦਾ ਜਿਹੜਾ ਤਰੀਕਾ ਦੂਜੇ ਪੱਖ ਨੇ ਤੈਅ ਕਰ ਲਿਆ ਉਹਦੇ ਸਾਹਮਣੇ ਵੀ ਖੜਾ ਹੋਣਾ ਪੈਣਾ ਉਹਦਾ ਵਿਰੋਧ ਕਰਨਾ ਪੈਣਾ ਖੁੱਲੇ ਮਨ ਨਾਲ ਸਾਰੇ ਰਿਸਕ ਲੈ ਕੇ ਆਪਦੀ ਗੱਲ ਕਹਿਣੀ ਪੈਣੀ ਹੈ ਮਨੁੱਖੀ ਅਧਿਕਾਰ ਦੇ ਪੱਖ 'ਚ ਖੜੇ ਹੋਣਾ ਪੈਣਾ ਠੀਕ ਹੈ ਮੈਂ ਵਾਪਸ ਆਊਂਗਾ ਤੁਹਾਡੇ ਕੋਲ ਮਾਲੀ ਸਾਹਿਬ ਮੇਰਾ ਸਵਾਲ ਇਹ ਹੈਗਾ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਚੁੱਕਣ ਵਾਲੇ ਜਦੋਂ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈਗਾ ਤਾਂ ਮੇਰੇ ਹੁਣ ਜਿਹੜੀ ਤਾਜ਼ੀ ਘਟਨਾ ਵਾਪਰੀ ਹੈਗੀ ਹੈ ਹੈਦਰਾਬਾਦ ਇਨਕਾਊਂਟਰ ਉਦੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਓ ਇਸ ਮਸਲੇ 'ਤੇ ਕੁਝ ਨਾ ਬੋਲਿਓ ਇਹਦਾ ਮਤਲਬ ਹੈ ਕੀ ਹੈ ਦੇਖੋ ਜੀ ਇਹ ਗੱਲ ਇਹ ਹੈ ਵੀ ਜਦੋਂ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਇਹ ਆਪਦੇ ਆਪ 'ਚ ਬਹੁਤ ਵੱਡਾ ਮਸਲਾ ਅਤੇ ਦਿਨੋਂ ਦਿਨ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦਾ ਅਮਲ ਤੇਜ਼ ਹੋ ਰਿਹਾ ਉੱਥੇ ਇਹਨਾਂ ਦੀ ਰਾਖੀ ਲਈ ਆਵਾਜ਼ ਵੀ ਬੁਲੰਦ ਹੋ ਰਹੀ ਆ ਹੁਣ ਜਿਹੜੀ ਗੱਲ ਪਹਿਲਾਂ ਤੁਸੀਂ ਕਹਿੰਦੇ ਨਾ ਕਿੱਥੋਂ ਸ਼ੁਰੂ ਕਰੀਏ ਦੇਖੋ ਇਹ ਤਾਂ ਇੱਕ ਕੁਦਰਤ ਦਾ ਅਸੂਲ ਆ ਦੁਨੀਆ ਪੱਧਰ 'ਤੇ ਤੁਸੀਂ ਸੋਚੋ ਪਰ ਗੱਲ ਉੱਥੇ ਹੀ ਸ਼ੁਰੂ ਕਰੋ ਜਿੱਥੇ ਤੁਸੀਂ ਬੈਠੇ ਹੋ ਥਿੰਕ ਗਲੋਬਲੀ ਐਕਟ ਲੋਕਲੀ ਪੰਜਾਬ ਮਨੁੱਖੀ ਅਧਿਕਾਰਾਂ ਦੀ ਘਾਣ ਕਰਨ ਦੀ ਮੁਲਕ ਦੇ ਵਿੱਚ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਵਜੋਂ ਵਰਤਿਆ ਗਿਆ ਇਕੱਲੇ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਹੋਇਆ ਨਸ਼ਲਕੁਸ਼ੀ ਹੋਈ ਆ ਜਦੋਂ ਵੱਡੇ ਪੈਮਾਨੇ 'ਤੇ ਹੋਵੇ ਜਦੋਂ ਸਟੇਟ ਨਾਲ ਰਲ ਜੇ ਜਦੋਂ ਨਿਆਂਪਾਲਿਕਾ ਚੁੱਪ ਧਾਰ ਲੇ 25,000 ਮੁੰਡਿਆਂ ਨੂੰ ਫੜ ਕੇ ਮਾਰ ਦੇਣਾ ਫਿਰ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਆਪਰੇਸ਼ਨ ਬੁੱਢ ਰੋਜ਼ ਕਰਨਾ ਉਦੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਸਮਾਜ 'ਚ ਅਸੀਂ ਹਾਂ
ਤੁਸੀਂ ਦੇਖੋ ਤਾਂ ਸਹੀ ਹੋ ਸਮਾਜ ਦੇ ਸੁਪਨੇ ਮਾਰਤੇ ਮਾਲੀ ਸਾਹਿਬ ਮਾਲੀ ਸਾਹਿਬ ਤੁਸੀਂ ਪੋਲੀਟੀਕਲ ਸਿਸਟਮ ਦੇ ਬੜਾ ਨੇੜੇ ਵਿੱਚ ਰਹੇ ਹੋ ਮਾਲੀ ਸਾਹਿਬ ਮੇਰਾ ਸਵਾਲ ਇਸ ਕਰਕੇ ਹੈ ਜਿਹੜਾ ਤੁਸੀਂ ਸਵਾਲ ਚੁੱਕ ਰਹੇ ਹੋ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਮੁੱਦਿਆਂ 'ਤੇ ਵੋਟਾਂ ਹਾਸਲ ਕੀਤੀਆਂ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਅੱਜ ਕਿਉਂ ਨਹੀਂ ਬੋਲਦੇ ਪਏ ਇਹ ਦੇਖੋ ਸਭ ਤੋਂ ਦੁਖਾਂਤ ਦੀ ਗੱਲ ਇਹ ਹੈ ਨਾ ਜੀ ਵੀ ਇਸ ਸਾਰੇ ਕਾਸੇ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਇੱਕ ਗੱਲ ਦੇਖੋ ਇਹ ਸਾਰਾ ਕੁਝ ਵਾਪਰਨ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਬਣੀ ਵਾਅਦਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਹਿੰਸਕ ਮਾਹੌਲ ਕਿਉਂ ਪੈਦਾ ਹੋਇਆ ਕਾਰਨ ਕੀ ਆ ਜ਼ਿੰਮੇਵਾਰ ਕੌਣ ਨੇ ਉਹਦੀ ਜਾਂਚ ਕਰਾਈ ਜਾਊਗੀ ਜਦੋਂ ਇਹ ਵੱਡੀ ਪੱਧਰ 'ਤੇ ਮੈਨੀਫੈਸਟੋ ਦੇ ਵਿੱਚ ਇਹ ਛਾਪਿਆ ਗਿਆ ਤਾਂ ਪੁਲਿਸ ਵਾਲਿਆਂ ਨੇ ਇੱਕ ਲਖਤ ਪ੍ਰੈਸ਼ਰ ਖੜਾ ਕੀਤਾ ਵੀ ਇਹ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਬਾਦਲ ਸਾਹਿਬ ਦੀ ਇਹ ਕਿੱਧਰ ਨੂੰ ਜਾਊ PAP ਜਲੰਧਰ 'ਚ ਪੰਜਾਬ ਦੇ ਇੱਕ ਵੱਡੇ ਸੰਪਾਦਕ ਨੇ ਵੱਡੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰਾਈ ਕਿ ਇਹ ਕਹਿਣ ਦੀ ਗੱਲ ਆ ਇਹ 'ਤੇ ਅਮਲ ਨਹੀਂ ਕੀਤਾ ਜਾਊ 2 ਸਾਲ ਬਾਅਦ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਸਵਾਲ ਉੱਠਿਆ ਵੀ ਪੰਜਾਬ 'ਚ ਮਨੁੱਖੀ ਹੱਕਾਂ ਦਾ ਵੱਡੇ ਪੱਧਰ 'ਤੇ ਕਤਲ ਹੋਇਆ ਬਾਦਲ ਸਾਹਿਬ ਆਪਾਂ ਉਹਦੀ ਜਾਂਚ ਕਰਾਉਣ ਦਾ ਵਾਅਦਾ ਕੀਤਾ ਸੀ ਅਸੀਂ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤੀ ਸੀ ਕੀ ਬਣਿਆ ਬੀਤੇ 'ਤੇ ਪਾਓ ਮਿੱਟੀ ਜੀ ਦੱਬੇ ਮੁਰਦੇ ਖੇਡ ਕੇ ਤੁਸੀਂ ਇਹ ਦੇਖੋ ਉਹ ਹਨਣ ਕਰਨ ਵਾਲੀ ਚਾਹੇ ਉਹ ਕਾਂਗਰਸ ਆ ਜਾਂ ਅਕਾਲੀ ਆ ਜਾਂ ਮੈਂ ਕਹਿੰਦਾ ਕਮਿਊਨਿਸਟ ਵੀ ਆ ਕਮਿਊਨਿਸਟਾਂ ਨੇ ਵੀ ਇਸ ਜ਼ੁਲਮ ਪ੍ਰਤੀ ਬਹੁਤੇ ਕਮਿਊਨਿਸਟਾਂ ਨੇ ਚੁੱਪ ਧਾਰੀ ਆ ਸੋ ਇਹ ਲੋਕਾਂ ਨੇ ਲੋਕ ਸੀ ਜਿਹੜੇ ਉਹਨਾਂ ਨੂੰ ਇਹ ਲੱਗੇ ਵੀ ਸਾਡਾ ਤਾਂ ਕੁਝ ਬਣੇ ਨਹੀਂ ਰਿਹਾ ਚਲੋ ਇਸੇ ਕਰਕੇ ਲੋਕ ਜਦੋਂ ਇਕੱਲਾ ਦਾ ਇਕੱਲਾ ਮਸਲਾ ਆਉਂਦਾ ਉਹ ਤੇ ਉਹਨਾਂ ਦਾ ਗੁੱਸਾ ਫੁੱਟ ਪੈਂਦਾ ਬਰਗਾੜੀ ਹੋਵੇ ਮਾਮਲਾ ਚਾਹੇ ਜਾਂ ਕੋਈ ਹੋਰ ਹੋਵੇ ਯਾਨੀ ਕਿ ਅਸਲ ਵਿੱਚ ਦਰਦ ਉਹ ਹੁੰਦਾ ਪਿੱਛੇ ਦਰਦ ਉਹ ਹੁੰਦਾ ਦਰਦ ਤੁਸੀਂ ਇਹ ਦੇਖੋ ਬਾਦਲ ਸਾਹਿਬ ਨੇ ਪੰਜਾਬ 'ਚ ਪੁਲਿਸ ਮੁਕਾਬਲੇ ਸ਼ੁਰੂ ਕੀਤੇ 1972 'ਚ ਮੋਗਾ ਕਾਂਡ ਹੋਇਆ ਜਿਨ੍ਹਾਂ ਲੋਕਾਂ ਦਾ ਗੁੱਸਾ ਸੀ ਸਾਰਾ ਪੰਜਾਬ ਬੰਦ ਕਰਕੇ ਰੱਖਤਾ ਉਹਨਾਂ ਨੇ ਲੋਕਾਂ ਦਾ ਗੁੱਸਾ ਦਰਦ ਆ ਜਿਹੜਾ ਉਹਦਾ ਨਿਵਾਰਨ ਨਹੀਂ ਹੋਇਆ ਉਹ ਇੱਕ ਜਾਂ ਦੂਜੇ ਰੂਪ 'ਚ ਪ੍ਰਗਟ ਹੋ ਰਿਹਾ ਠੀਕ ਠੀਕ ਇੱਕ ਛੋਟਾ ਬ੍ਰੇਕ ਲਵਾਂਗੇ ਵਿਰੋਧ ਤੋਂ ਵਾਪਸ ਆਵਾਂਗੇ ਸਵਾਲ ਇਹ ਹੋਵੇਗਾ ਕਿ ਕਿਹੜੇ ਹਾਕਮਾਂ ਨੇ ਮਨੁੱਖੀ ਅਧਿਕਾਰਾਂ ਨੂੰ ਏਜੰਡਾ ਬਣਾਇਆ ਹੈਗਾ ਮਨੁੱਖੀ ਅਧਿਕਾਰਾਂ ਦੇ ਵਿੱਚ ਬਹੁਤ ਕੁਝ ਆਉਂਦਾ ਹੈਗਾ ਜਿਹੜੇ ਕਿ ਜਿਵੇਂ ਤੁਸੀਂ ਗ੍ਰਾਫਿਕਸ ਵੀ ਸਾਰੇ ਦੇਖ ਰਹੇ ਹੈਗੇ ਸਾਰਾ ਕੁਝ ਉਹਦੇ ਵਿੱਚ ਟਾਈਪ ਵੀ ਕੀਤਾ ਹੋਇਆ ਸਿਹਤ ਹੈ ਆਰਥਿਕ ਏਜੰਡਾ ਹੈਗਾ ਸਮਾਜਿਕ ਸਿੱਖਿਆ ਹੈਗੀ ਹੈ ਅਤੇ ਸਮਾਜਿਕ ਸੁਰੱਖਿਆ ਵੀ ਹੈਗੀ ਹੈ ਪਰ ਇਹਨਾਂ ਸਭ ਦੇ ਵਿੱਚ ਤੁਹਾਡੇ ਅਧਿਕਾਰਾਂ ਦੀ ਲੜਾਈ ਦੇ ਵਿੱਚ ਸਿਰਫ ਇੱਕ ਸਿਆਸਤ ਹੋ ਰਹੀ ਹੈ ਅਤੇ ਉਸ ਪੋਲੀਟੀਕਲ ਸਿਸਟਮ ਦੇ ਅੱਗੇ ਸਵਾਲ ਅਸੀਂ ਪੁੱਛ ਰਹੇ ਹਾਂ ਅਤੇ ਪਰ ਸਵਾਲ ਇੱਕੋ ਹੀ ਹੈ ਕਿ ਕੌਣ ਕਿੰਨਾ ਸੁਣ ਰਿਹਾ ਹੈਗਾ ਕਿ ਸਾਡੇ ਹੱਕ ਇੱਥੇ ਰੱਖ ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਇੱਕੋ ਪੁੱਛਣਾ ਸਵਾਲ ਅਸੀਂ ਇਹ ਪੁੱਛ ਰਹੇ ਮਨੁੱਖੀ ਅਧਿਕਾਰਾਂ ਦੀ ਰਾਖੀ ਮੁਤਾਬਕ ਦੁਨੀਆ ਭਰ ਵਿੱਚ ਕਿਹੜੀ ਬਹਿਸ ਦੀ ਲੋੜ ਹੈ ਕਿ ਪ੍ਰਸਮ ਅਜੀਤ ਸਿੰਘ ਸਵਾਲ ਮੈਂ ਉਹੀ ਕਰੂੰਗਾ ਜਿਹੜੇ ਸਧਾਰਨ ਲੋਕਾਂ ਨੂੰ ਸਮਝ ਆ ਜਾਣ ਜਿਹੜੇ ਆਮ ਵਰਗ ਹੈਗਾ ਉਹਨਾਂ ਤੱਕ ਜਾਗਰੂਕਤਾ ਦੀ ਕਮੀ ਹੈਗੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਾਡੇ ਹੱਕ ਕੀ ਹੈਗੇ ਆ ਸਵਾਲ ਹੈਗਾ ਪ੍ਰਸਮ ਅਜੀਤ ਸਿੰਘ ਅਸੀਂ ਸਿਰਫ ਇੱਥੇ ਆਪਦੇ ਮੁਲਕ ਦੀ ਹੀ ਗੱਲ ਕਰੀਏ ਜਾਂ ਦੁਨੀਆ ਭਰ ਦੇ ਵਿੱਚ ਇਹ ਸਮਝ ਨਹੀਂ ਆ ਰਿਹਾ ਕਿ ਮਨੁੱਖੀ ਅਧਿਕਾਰਾਂ 'ਤੇ ਕਿਸ ਨੂੰ ਕਿਹੋ ਜਿਹੀ ਬਹਿਸ ਦੀ ਜ਼ਰੂਰਤ ਹੈਗੀ ਹੈ ਸਵਾਲ ਇਸ ਕਰਕੇ ਪ੍ਰਸਮ ਅਜੀਤ ਸਿੰਘ ਜਦੋਂ ਤਾਂ ਸਾਡੇ ਮੁਲਕ 'ਚ ਹੋਵੇ ਉਦੋਂ ਵਿਰੋਧੀਆਂ ਨੂੰ ਇਹ ਚੰਗਾ ਲੱਗਦਾ ਕਿ ਉਦੋਂ ਆਵਾਜ਼ ਚੁੱਕ ਦਿਉ ਜਦੋਂ ਕਿਸੇ ਹੋਰ ਮੁਲਕ ਵਿੱਚ ਹੋਵੇ ਸਾਡੇ ਮੁਲਕ ਨੂੰ ਚੰਗਾ ਲੱਗਦਾ ਕਿ ਆਵਾਜ਼ ਚੁੱਕ ਦਿਉ ਇਹ ਪੋਲੀਟੀਕਲ ਸਿਸਟਮ ਹੈ ਜਿਹੜਾ ਇਸ ਮਨੁੱਖੀ ਅਧਿਕਾਰਾਂ ਨੂੰ ਇੱਕ ਟੂਲ ਵਜੋਂ ਵਰਤ ਰਿਹਾ ਪ੍ਰਸਮ ਅਜੀਤ ਸਿੰਘ ਦੇਖੋ ਬੇਇਨਸਾਫੀ ਤਾਂ ਕਿਤੇ ਵੀ ਹੋਵੇ ਸਿੱਖੀ ਦੇ ਵਿੱਚ ਵੀ ਜਿੱਥੇ ਅਸੀਂ ਜਿਸ ਧਰਤੀ ਤੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬੀ 'ਚ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਤਾਂ ਬੇਇਨਸਾਫੀ ਕਿਸੇ ਵੀ ਦੇਸ਼ ਦੇ ਇੱਥੋਂ ਤੱਕ ਕਿ ਬੇਇਨਸਾਫੀ ਇਕੱਲੀ ਮਨੁੱਖਾਂ ਦੀ ਕਿਉਂ ਹੋਵੇ ਮਨੁੱਖੀ ਅਧਿਕਾਰ ਹੀ ਕਿਉਂ ਮਨੁੱਖਾਂ ਦੇ ਅਧਿਕਾਰ ਕੋਈ ਅਲੱਗ ਅਧਿਕਾਰ ਨਹੀਂ ਹੈ ਕੁਦਰਤ ਦੇ ਵਿੱਚ ਹੋਰ ਜੀਵ ਜੰਤੂ ਸਾਰਿਆਂ ਦੇ ਅਧਿਕਾਰਾਂ ਦੇ ਨਾਲ ਜੁੜੇ ਹੋਏ ਅਧਿਕਾਰ ਆ ਉਹ ਵੀ ਮੈਨੂੰ ਲੱਗਦਾ ਉਨੇ ਹੀ ਇੰਪੋਰਟੈਂਟ ਹੈ ਅੱਜ ਦੀ ਡੇਟ 'ਚ ਖਾਸ ਕਰਕੇ ਜਦੋਂ ਸਾਡਾ ਇੱਕੋ ਸਿਸਟਮ ਇੰਨਾ ਅਸਾਵਾਂਪਣ ਉਹਦੇ 'ਚ ਆ ਗਿਆ ਆ ਇਸ ਕਰਕੇ ਜਿਹੜੀ ਅਧਿਕਾਰਾਂ ਦੀ ਇੱਕ ਕੁਝ ਸੈਕਸ਼ਨਲ ਅਧਿਕਾਰ ਦੀ ਨਹੀਂ ਲੱਗਦਾ ਜਿਹੜੇ ਅਸੀਂ ਪੜ੍ਹਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਵਿੱਚ ਕੀ ਕੁਝ ਸ਼ਾਮਲ ਹੈਗਾ ਜਦੋਂ ਹਵਾ ਪਾਣੀ ਦੀ ਗੱਲ ਹੁੰਦੀ ਹੈ ਸਿੱਖਿਆ ਦੀ ਗੱਲ ਹੁੰਦੀ ਹੈ ਇਹ ਸਾਰੇ ਮੁੱਦੇ ਵਿੱਚ ਆ ਜਾਂਦੇ ਪ੍ਰਸੰਗ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਪਰ ਦੂਸਰੀ ਗੱਲ ਜਿਹੜੀ ਮੈਂ ਕਿਉਂਕਿ ਇੰਡੀਆ ਆਪਣੇ ਆਪ 'ਚ ਜਿਹੜਾ ਭਾਰਤ ਆ ਬਹੁਤ ਵੱਡਾ ਦੇਸ਼ ਦੀ 130 ਕਰੋੜ ਤੋਂ ਉੱਪਰ ਪਾਪੂਲੇਸ਼ਨ ਹੈ ਜੇ ਇਹਦੇ 'ਤੇ ਰਿਫਲੈਕਸ਼ਨ ਦਿਆਂ ਇਹ ਮੈਨੂੰ ਜ਼ਿਆਦਾ ਚੁੱਭਣ ਵਾਲਾ ਦੂਸਰੇ ਦੇਸ਼ਾਂ ਨਾਲੋਂ ਵੀ ਜ਼ਿਆਦਾ ਲੱਗਦਾ ਦੂਜੇ ਦੇਸ਼ਾਂ ਦੇ ਵਿੱਚ ਕਈ ਕਿਸਮ ਦਾ ਆ ਜਿਸ ਤਰ੍ਹਾਂ ਅਫਰੀਕਾ ਦੇ ਵਿੱਚ ਟ੍ਰਾਈਬਲ ਇੰਟਰ ਟ੍ਰਾਈਬਲ ਬੜੀ ਵੱਡੀ ਵਾਰ ਹੁੰਦੀ ਆ ਲੜਾਈਆਂ ਹੁੰਦੀਆਂ ਮਾਰੇ ਜਾਂਦੇ ਆ ਹਜ਼ਾਰਾਂ ਲੋਕਾਂ 'ਚ ਕਤਲ ਕਰ ਦਿੰਦੇ ਆ ਕਈ ਜਗ੍ਹਾ 'ਤੇ ਗਰੀਬੀ ਨਾਲ ਬਹੁਤ ਲੋਕ ਦੂਜੇ ਦੇਸ਼ਾਂ ਦੇ ਵਿੱਚ ਮਰ ਰਹੇ ਆ ਪਰ ਸਾਡੇ ਇੱਕ ਅਜੀਬ ਕਿਸਮ ਦਾ ਸਮਾਜਿਕ ਅਸੀਂ ਅੱਜ ਕਿੱਥੇ ਖੜੇ ਹੋਏ ਆ ਬਿਲਕੁਲ ਜੇ ਮੈਂ ਸਾਰੇ ਮੁਲਕਾਂ ਦੀ ਗੱਲ ਕਰਾਂ ਜਿਨ੍ਹਾਂ ਤੁਸੀਂ ਜ਼ਿਕਰ ਕਰਦੇ ਹੋ ਉਹਨਾਂ ਦੇ ਮੁਕਾਬਲੇ ਅਸੀਂ ਕਿੱਥੇ ਖੜੇ ਮੈਂ ਇਹੀ ਗੱਲ ਕਰਨ ਲੱਗਾ ਨਾ ਪਰ ਜਿਹੜਾ ਭਾਰਤ ਵਿੱਚ ਜਿਹੜਾ ਸਾਡੇ ਇੱਕ ਅਜੀਬ ਕਿਸਮ ਦਾ ਸਮਾਜਿਕ ਕੋਡ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਜਿਹਦੇ ਵਿੱਚ 15% ਲੋਕ ਆਪਣੇ ਆਪ ਨੂੰ ਮਨੁੱਖ ਸਮਝਦੇ ਆ ਔਰ ਜਿਹਦੇ ਵਿੱਚ ਤਕਰੀਬਨ ਉਹਦੇ 'ਚੋਂ 25% ਜਿਹੜੇ ਆ ਉਹਨਾਂ ਨੂੰ ਤਾਂ ਆ ਮਨੁੱਖ ਸਮਝਦੇ ਆ ਅਤੇ ਬਾਕੀ ਜਿਹੜੇ ਮਿਡਲ ਵਾਲੇ ਆ ਉਹਨਾਂ ਨੂੰ ਤੁਸੀਂ ਅਰਧ ਮਨੁੱਖ ਸਮਝਦੇ ਆ ਔਰ ਉਹਦੇ 'ਚ ਬੜੀ ਸਾਫ਼ ਹੈਰਾਰਕੀ ਜਿਹੜੀ ਦਰਜਾਬੰਦੀ ਹੈਗੀ ਆ
इस करके साढ़े जेडे 85% लोग देश दे विच अज जी रहे हैं जेडे उन्होंने जां ते अर्ध मनुख जां आम मनुख समझिया जांदा उन्हां दा प्रैक्टिकल डी जी और जिन्ना मर्जी कॉन्स्टिट्यूशन बना लो धारा जिहड़ा फंडामेंटल राइट्स आर्टिकल 21 आ जिहड़ा तुहाडा राइट टू लाइफ ते जिहड़ी लिबर्टी हैगी सारा हाँ हाँ लाइफ एंड लिबर्टी सारी गल हैगी आ जिन्ने भी मर्जी कर लो प्रीएम्बल बहुत सोहना लिखिया वह हैगा साडी सारी खेल नू खेडण दे रूल जिवें कोई भी खेल खेडदे आ भावें स्पोर्ट्स होवे भावें देश नू चलाउणा होवे समाज नू चलाउणा होवे अर्थव्यवस्था नू ते राजनीति नू चलाउणा होवे वो रूल्स हैगे आ उहनू कहिंदे डी जोर जिहड़ा डी फैक्टो जिहड़ी असलीयत धरातल दी असलीयत आ कि अजे भी इन्ना घट्टो घट 15-20% साडे देश च लोक इहो जिहे आ जिन्हां दा जीवन एक आदमियों वाला तो नहीं हैगा घट्टो घट मैं बड़े कॉन्फिडेंस ना कह सकता वो टॉकिंग एनिमल्स हैगे आ और उन्हां दा जिन्हां नू देखो अजे तक पढ़ाया नहीं बिल्कुल गया जिन्हां नू गड्डी फड़नी रेल दा होर दा अज दा युग कित्थे तक चला गया कि जिहड़ा हर एक बटन दे नाल जिथे मर्जी तुसीं एक दूजे गल वो बहुत ही वो इन्ने पिछे रह गए आ सारे लोग और समाज वो जिहड़े लोग आउणे मैं लास्ट जिहड़ी गल कहणी चाहुंदा जिहड़े समाजिक तौर ते नपीड़े हुए आ वो अपना असर्ट नहीं कर सकते जेडे आर्थिक तौर पर बिल्कुल ही दबे हुए या थले धरातल आ और उन्हां कोल जिहड़ी वेचण वाली इको एक चीज़ की है मेहनत और मेहनत की कीमत इन्नी थले रखी जाती है वो इस करके क्योंकि ये आम मनुखां दी मेहनत है जिस तरह जानवरों की मेहनत होंदी है उस किस्म की मेहनत है जिन्नी मर्जी कीमत रख दो इन्होंने कहड़ा बोलना तुसीं आर्थिक असमानता की गल करदे पे आर्थिक समाजिक कल्चरल सभ्याचारक धार्मिक तौर पर भी उन्होंने मंदिर च नहीं वड़न दिता जाता उन्होंने तो धर्म के भी कि नेड़े जोड़न की कोशिश नहीं हैगी इस करके जिन्हां नूं आपां अछूत क्या वो उन्हां दी गिणती छोटी नहीं अज दी डेट दे विच भी उन्हां दी हालत एक मैनू नहीं लगता मनुखी अधिकार ते गल करनी बाद विच गल है कि जदों मनुख उन्हां नूं समझिया जाऊ अज दे साडा सिस्टम उन्हां नूं मनुख ही नहीं ट्रीट कर रहा ठीक है माली साहब इन्होंने वक्री तरह डिबेट छेड़ती है कि मनुख ते अर्ध मनुख मैनू तो समझ नहीं आया मनुख तो मैं पढ़िया सी अर्ध मनुख किहड़ा हुंदा नहीं मैं एक माड़ा जिहा दस दिया मैं क्लीयर नहीं किया मनुख वो जिहड़े दुविज आया जिहड़े जनेऊ पाउंदे सीगे साडी सिविलाइजेशन दे विच बाद च धर्मां नूं मुसलमान ते मिनोरिटीज नूं जे तुसीं कढ भी लओ अर्ध मनुख उहनां नूं आ ਜਿਹੜੇ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਆ ਜਿਹੜੇ ਫੋਰਥ ਵਰਨ ਆ ਜਿਹੜੇ ਚੌਵਾਂ ਵਰਨਾਂ ਤੋਂ ਬਾਹਰ ਕੱਢ ਦਿੱਤੇ ਉਹਨਾਂ ਨੂੰ ਆ ਮਨੁੱਖ ਆ ਉਹਨਾਂ ਨੂੰ ਮਨੁੱਖ ਹੀ ਨਹੀਂ ਮੰਨਦੇ ਹਾਂ ਇਹ ਮੈਨੂੰ ਥੋੜ੍ਹਾ ਸਮਝਾ ਦਿਓ ਨਹੀਂ ਦੇਖੋ ਜਿਹੜੇ ਇਸ ਜੂਨ ਦੇ ਵਿੱਚ ਨੇ ਬੰਦਿਆਂ ਦੀ ਜੂਨ 'ਚ ਨੇ ਉਹ ਸਾਰੇ ਮਨੁੱਖ ਨੇ ਪਹਿਲੀ ਗੱਲ ਸਰੀਰਕ ਤੌਰ 'ਤੇ ਮਨੁੱਖ ਨੇ ਉਹ ਸਾਡੇ ਜਿਹੜੇ ਮਨੁੱਖੀ ਹੱਕਾਂ ਦਾ ਦਾਇਰਾ ਇੱਕ ਤਾਂ ਇਹ ਆ ਨਾ ਜੀ ਅੰਤਰਰਾਸ਼ਟਰੀ ਅਤੇ ਇੱਥੇ ਦੇ ਕਾਨੂੰਨ ਨੇ ਜਿਹਦੇ ਵਿੱਚ ਪੁਲਿਸ ਵਾਲਾ ਜਿਹਨਾਂ ਮੈਂ ਪਿੱਛੇ ਜ਼ਿਕਰ ਕਰਕੇ ਹਟਿਆ ਇਦੋਂ ਬਿਨਾਂ ਵੀ ਲੋਕਾਂ ਨੂੰ ਅਣਖ ਨਾਲ ਜਿਉਣ ਦੇ ਸਵੈਮਾਨ ਨਾਲ ਜਿਉਣ ਦੇ ਆਪਦੀ ਬੋਲੀ ਦੀ ਰੱਖਿਆ ਲਈ ਆਪਦੇ ਆਰਥਿਕ ਹਿੱਤਾਂ ਲਈ ਆਰਥਿਕ ਬਰਾਬਰੀ ਦੀ ਗੱਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਹੋਵੇ ਇਹਦੀ ਗੱਲ ਮੈਂ ਕਹਿੰਦਾ ਬਾਬੇ ਨਾਨਕ ਦੇ ਫਲਸਫੇ ਦਾ ਮੂਲ ਜਿਹੜਾ ਸਿਧਾਂਤ ਆ ਉਹ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਇਸੇ ਕਰਕੇ ਨੀਚਾਂ ਅੰਦਰ ਨੀਚ ਜਾਤ ਉਹਨਾਂ ਨੇ ਕਿਹਾ ਮੈਂ ਨੀਚਾਂ ਨਾਲ ਖੜਾਂ ਇਕੱਲਾ ਇਹ ਨਹੀਂ ਵੀ ਦੂਰ ਕਰੋ ਬੈਠ ਉਹਨੇ ਕਿਹਾ ਮੈਂ ਨੀਚਾਂ ਨਾਲ ਹਾਂ ਮੈਂ ਔਰਤਾਂ ਨਾਲ ਹਾਂ ਮੈਂ ਲੁੱਟੇ ਪੁੱਟੇ ਜਾਂਦੇ ਲੋਕਾਂ ਨਾਲ ਹਾਂ ਸੋ ਇਹ ਮਨੁੱਖੀ ਹੱਕਾਂ ਦਾ ਦਾਇਰਾ ਵੱਡਾ ਪਰ ਜੇ ਅਸੀਂ ਕਹਿੰਦੇ ਹਾਂ ਉਹ ਮਨੁੱਖ ਨਹੀਂ ਅਸੀਂ ਇਹ ਕਹਿੰਦੇ ਵੀ ਉਹਨਾਂ ਨਾਲ ਗੈਰ ਮਨੁੱਖੀ ਵਿਹਾਰ ਹੋ ਰਿਹਾ ਦਲਤਾਂ ਨਾਲ ਵੀ ਹੋ ਰਿਹਾ ਆਦਿਵਾਸੀਆਂ ਨਾਲ ਵੀ ਹੋ ਰਿਹਾ ਉਹਨਾਂ ਨੂੰ ਮਨੁੱਖ ਸਮਝਿਆ ਨਹੀਂ ਜਾ ਰਿਹਾ ਪਰ ਉਹ ਤਾਂ ਕੋਰ ਆਫ ਹਾਲਟ ਕੁਦਰਤ ਦੇ ਅਨੁਸਾਰ ਉਹ ਮਨੁੱਖ ਨੇ ਬਿਲਕੁਲ ਉਹਨਾਂ ਨਾਲ ਮਨੁੱਖਾਂ ਵਰਗਾ ਸਲੂਕ ਕੀਤਾ ਜਾਣਾ ਜੇ ਸਾਡਾ ਦੁਖਾਂਤ ਕੀ ਆ ਇੱਕ ਹੱਥ ਰਾਹੀਂ ਅਧਿਕਾਰ ਦਿੱਤੇ ਨੇ ਦੂਜੇ ਰਾਹੀਂ ਖੋਲ੍ਹੇ ਜਦੋਂ ਤੁਸੀਂ ਕਿਸੇ ਦੀ ਪਛਾਣ ਆ ਜਿਹੜੀ ਉਹਨੂੰ ਨਹੀਂ ਮਾਨਤਾ ਨਹੀਂ ਦਿੰਦੇ ਉਹਦੀ ਬੋਲੀ ਨੂੰ ਨਹੀਂ ਮਾਨਤਾ ਦਿੰਦੇ ਏਜੰਡੇ ਤੁਹਾਡੇ ਇਹ ਨੇ ਇੱਕ ਰਾਸ਼ਟਰ ਇੱਕ ਭਾਸ਼ਾ ਹੈ ਜੀ ਏਜੰਡੇ ਤੁਹਾਡੇ ਇਹ ਆ ਵੀ ਇੱਕ ਭਾਰਤੀ ਕੌਮ ਦੀ ਸਿਰਜਣਾ ਕਰਨੀ ਆ ਏਜੰਡੇ ਤੁਹਾਡੇ ਇਹ ਨੇ ਵੀ ਜੋ ਇਹ ਅਨੇਕਤਾ ਇਹਨੂੰ ਮਸਲਣਾ ਇਹਦੇ ਵਿੱਚ ਫਿਰ ਨਿਸ਼ਾਨੇ ਬਣਦੇ ਨੇ ਨਾ ਜੀ ਕਦੇ ਕਸ਼ਮੀਰ ਵਾਲੇ ਬਣ ਗਏ ਕਦੇ ਪੰਜਾਬ ਵਾਲੇ ਬਣ ਗਏ ਕਦੇ ਝਾਰਖੰਡ ਵਾਲੇ ਬਣ ਜਾਣਗੇ ਜਿਹੜੇ ਲੋਕ ਦੂਜੇ ਧਰਮਾਂ ਦੇ ਵੀ ਨੇ ਮੁਸਲਮਾਨਾਂ ਸਿੱਖਾਂ ਅਤੇ ਦਲਤਾਂ ਤੋਂ ਬਿਨਾਂ ਉਹ ਵੀ ਫੜੇ ਜਾ ਰਹੇ ਨੇ ਨਾ ਜੀ ਆ ਪਿੱਛੇ 5 ਖੱਬੇ ਪੱਖੀ ਬੁੱਧੀਜੀਵੀ ਫੜੇ ਜਾਂ ਕਿੰਨਿਆਂ ਨੂੰ ਕੈਦ ਹੋਈ ਨਕਸਲੀ ਇਲਾਕੇ ਦੇ ਵਿੱਚ ਕਿੰਨਿਆਂ ਨੂੰ ਹੋਈ ਸੋ ਮਨੁੱਖੀ ਅਧਿਕਾਰ ਵੱਡੀ ਗਿਣਤੀ 'ਚ ਲੋਕਾਂ ਦੇ ਦਰੜੇ ਜਾ ਰਹੇ ਨੇ ਸਾਡਾ ਦੁਖਾਂਤ ਕੀ ਆ ਸਾਡਾ ਦੁਖਾਂਤ ਇਹ ਆ ਵੀ ਅਸੀਂ ਇਹਨਾਂ ਪ੍ਰਤੀ ਚੇਤਨ ਨਹੀਂ ਅਸੀਂ ਲਾਮਬੰਦ ਨਹੀਂ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਇੰਨੀ ਨਿਰਾਸ਼ਤਾ ਹੋ ਗਈ ਵੀ ਜੋ ਕੁਛ ਹੋ ਗਿਆ ਯਾਰ ਛੱਡੋ ਮੇਰਾ ਇੱਕ ਦੋਸਤ ਜਿਹੜਾ ਖਾਲਿਸਤਾਨ ਦਾ ਹਾਮੀ ਆ ਮੈਂ ਤੁਹਾਨੂੰ ਦੱਸਦਾ ਮੈਂ ਅਕਸਰ ਸਵਾਲ ਉਠਾਉਣਾ ਵੀ ਜਦ ਦਿੱਲੀ ਦਾ ਤੁਸੀਂ ਮਸਲਾ ਉਠਾਉਂਦੇ ਹੋ ਬਿਲਕੁਲ ਜਾਇਜ਼ ਸਿੱਖਾਂ ਦਾ ਕਤਲੇਆਮ ਹੋਇਆ ਪੰਜਾਬ 'ਚ 25,000 ਦਾ ਕਿਉਂ ਨਹੀਂ ਉਠਾਉਂਦੇ ਕਹਿੰਦਾ ਉਹਨਾਂ ਨੇ ਸਾਨੂੰ ਮਾਰਤਾ ਸੀ ਉਹਨਾਂ ਨੇ ਮਾਰਿਆ ਇਹ ਗੱਲ ਥੋੜ੍ਹਾ ਹੁੰਦੀ ਆ ਲੜਾਈ ਦੇ ਵੀ ਨਿਯਮ ਆ KP ਸਾਹਿਬ ਜੰਗ ਦੇ ਵੀ ਨਿਯਮ ਆ ਜੰਗੀ ਕੈਦੀਆਂ ਦੇ ਵੀ ਨਿਯਮ ਨੇ ਤੁਸੀਂ ਸਾਰਾ ਵਿਸਥਾਰ 'ਤੇ
दिता पुलिस तो हिरासत रखण के भी निजम ने। सो ये सारे मनुखी अधिकार ने जिन्हों बारे सानू साढ़े तो यह भी यार पुलिस के कुत्ते का कहदा गुस्सा सानू मानसिकता बदलने की लोड़ आ मानसिकता बदलने की लोड़ है चेतन होने की भी लोड़ हैगी है। गुरदारा साहब एक सवाल यह भी हैगा कि कानून की नज़र में सानू हक मिले हुए बराबरता का हक मिले हुआ कि कानून इस दबे कुचले समाज नू जां तशद्दुद दे शिकार लोगों वो इंसाफ दवाउण विच कामयाब हो सकिया जो सुपना जिहड़ा उदों सोचा गया जो संविधान बनिया जदों इह कानून बनदे आ जदों इह कानूनां विच सोध हुंदी आ उहनां सुपनिआं नू साकार कीता जा सकिया जां सिर्फ असीं कानून तों डरदे होए कानून ते कोई बहस ही नहीं करना चाहुंदे। एक तो जो असं मनुखी अधिकारों की गल करते हैं तो अजक लगातार पिछले सालों तो कोशिश हुई है तो तेलंगाना इशू जो एनकाउंटर के लोगों मार दिता गया चार बंद उदों भी तुम वेख्या तुम भी क्या मनुखी अधिकारों की गल कर वाले मजाक उड़ता है तो उदों याद रखना चाहिए जिन्होंने असं मनुखी अधिकार कह गिण रहे हैं वर्तमान दौर साढ़े वो मानवाधिकार मनुखी अधिकार सारे संविधानिक अधिकार ने सारे वैधानिक ने कानून ने दिते ने संविधान ने दिते ने सारे हुण उहदे विच आ गए ने कोर्ट्स ने जजमेंट्स देतियां ने पर ਇਹ ਸਾਰੇ ਹਾਲਤ ਦੇ ਵਿੱਚ ਅੱਜ ਵੀ ਹਾਲਤ ਸਾਡੀ ਕੀ ਹੈ ਕਿਤੇ ਪੀਣ ਦਾ ਸਾਫ਼ ਪਾਣੀ ਨਹੀਂ ਕੁਪੋਸ਼ਣ ਹੈ ਮਤਲਬ ਬੱਚਿਆਂ ਨੂੰ ਜਿੰਨੀ ਖੁਰਾਕ ਚਾਹੀਦੀ ਹੈ ਔਰਤਾਂ ਨੂੰ ਜਿੰਨੀ ਖੁਰਾਕ ਚਾਹੀਦੀ ਹੈ ਬੰਦਿਆਂ ਨੂੰ ਚਾਹੀਦੀ ਹੈ ਉਹ ਖੁਰਾਕ ਨਹੀਂ ਮਿਲ ਰਹੀ ਇਹ ਸਾਡੀ ਹਾਲਤ ਹੈ ਸਾਡੀ ਹਾਲਤ ਇਹ ਹੈ ਕਿ ਮਹਿਲਾ ਇੱਕ ਟਾਈਮ ਤੋਂ ਬਾਅਦ ਘਰੋਂ ਬਾਹਰ ਨਿਕਲੇ ਤਾਂ ਸੁਰੱਖਿਅਤ ਫੀਲ ਕਰਦੀ ਹੈ ਨਿਕਲ ਨਹੀਂ ਸਕਦੀ ਪੂਰੇ ਇੰਡੀਆ ਦੇ ਸਤਰ 'ਤੇ ਦੇਖ ਲਓ ਅਤੇ ਨਜ਼ਰ ਆਏਗਾ ਸਾਫ਼ ਦੇਖੇਗਾ ਗਵਾਹੀ ਐਵੀਡੈਂਸ ਹੈ ਕਿ ਔਰਤ ਦੀ ਜ਼ਿੰਦਗੀ ਦੇ 24 ਘੰਟੇ ਨਹੀਂ 12 ਹੀ ਘੰਟੇ ਹੁੰਦੇ ਨੇ ਰਾਤ ਦੇ ਟਾਈਮ ਉਹ ਬਾਹਰ ਨਿਕਲੇ ਤਾਂ ਬਹੁਤ ਅਸੁਰੱਖਿਅਤ ਹੈ ਬਹੁਤ ਔਰਤਾਂ ਨਿਕਲ ਨਹੀਂ ਸਕਦੀਆਂ ਬਲਕਿ ਉਸ ਤੋਂ ਬਾਅਦ ਨਹੀਂ ਨਿਕਲ ਸਕਦੀਆਂ ਇਹ ਸਾਡੇ ਸਮਾਜ ਦੀ ਅਸਲੀਅਤ ਹੈ ਦਲਿਤ ਦੀ ਵੀ ਹਾਲਤ ਹੋਈ ਹੈ ਆਦਿਵਾਸੀ ਦੀ ਵੀ ਬੜੇ ਸਵਾਲ ਨੇ ਅਤੇ ਅਸੀਂ ਫਿਰ ਕਿਉਂ ਕਹਿੰਦੇ ਹਾਂ ਅਸੀਂ ਆਧੁਨਿਕ ਦੌਰ ਵੱਲ ਜਾ ਰਹੇ ਹਾਂ ਸਰ ਮੈਂ ਉਹ ਗੱਲ ਪੂਰੀ ਕਰ ਲਾਂ ਇਸੇ ਕਰਕੇ ਦੂਜੇ ਪਾਸੇ ਜੀਵਨ ਦੇ ਵਿੱਚ ਪੂਰੇ ਦੇ ਵਿੱਚ ਗਰੀਮਾ ਹੀ ਕਿਤੇ ਹੈ ਨਹੀਂ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਤੁਸੀਂ ਆਪਦੀ ਗਰੀਮਾ ਨਾਲ ਆਪਦੀ ਡਿਗਨਿਟੀ ਨਾਲ ਜੀ ਸਕੋ ਉਹ ਹੈ ਨਹੀਂ ਸਿੱਖਿਆ ਹੈ ਨਹੀਂ ਸਵਸਥ ਦੀ ਤਾਂ ਚਰਚਾ ਹੀ ਹੈ ਨਹੀਂ ਪਰ ਦੂਜੇ ਪਾਸੇ ਲੋਕ ਕਹਿੰਦੇ ਨੇ ਕਿ ਸਿੱਖਿਆ ਵੀ ਅਸਵਸਥ ਵੀ ਹੈ ਉਹ ਮਨੁੱਖੀ ਅਧਿਕਾਰਾਂ ਕਰਕੇ ਤੁਹਾਡੇ ਅਧਿਕਾਰ ਨੇ ਇਸ ਕਰਕੇ ਨਹੀਂ ਉਹ ਵੀ ਮਾਰਕੀਟ ਨੂੰ ਦੇਤਾ ਹੈ ਮਾਰਕੀਟ ਨੇ ਕਮਾਈ ਕਰਨ ਵਾਸਤੇ ਉਹਦੇ ਉਸ ਰਾਹੀਂ ਨਾਲ ਪਰੋਸੀ ਜਾ ਰਹੀ ਹੈ ਥੋੜ੍ਹੀ ਬਹੁਤ ਜਿਹੜੀ ਹੈਗੀ ਪਰ ਹੁਣ ਇਹ ਹਾਲਤ ਹੋ ਕਿਉਂ ਰਹੀ ਹੈ ਇਹ ਬੜੀ ਚਿੰਤਾ ਦੀ ਗੱਲ ਹੈ ਇਹ ਸਾਰੇ ਇਸ਼ੂਜ਼ ਨੇ ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਇੱਕ ਕੰਸਰਨ ਬਣ ਰਿਹਾ ਲਗਾਤਾਰ ਆਹ ਤੇਲੰਗਾਨਾ ਵਾਲਾ ਇਸ਼ੂ ਹੋਵੇ 370 ਹੋਵੇ ਬਾਬਰੀ ਮਸਜਿਦ ਹੋਵੇ ਜਾਂ ਉਨਾਓ ਵਾਲਾ ਵੀ ਹੋਵੇ ਉਨਾਓ ਵਾਲਾ ਹੋਵੇ ਜਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੋਵੇ ਇਹ ਸਾਰਿਆਂ ਦੇ ਵਿੱਚ ਤੁਸੀਂ ਵੇਖੋਗੇ ਇੱਕ ਤਰ੍ਹਾਂ ਦੀ ਚੁੱਪੀ ਨਜ਼ਰ ਲਗਾਤਾਰ ਬੜੇ ਸਾਰੇ ਪੋਲੀਟੀਕਲ ਦਾਇਰਿਆਂ 'ਚ ਦਿਸੇਗੀ ਜਿਹੜੇ ਔਰਗਨਾਈਜ਼ ਪੋਲੀਟੀਕਲ ਇਦਾਰੇ ਨੇ ਕਿ ਸੱਤਾ ਦੇ ਰਾਹੀਂ ਵਿਵਸਥਾ ਬਦਲੀ ਜਾ ਸਕਦੀ ਹੈ ਸੱਤਾ ਬਦਲਣੀ ਹੈ ਇਹ ਜੋ ਟਾਰਗੇਟ ਹੋ ਜਾਂਦਾ ਹੈ ਉਦੋਂ ਬਾਬਰੀ ਮਸਜਿਦ ਦਾ ਸੁਪਰੀਮ ਕੋਰਟ ਇਸ ਤਰ੍ਹਾਂ ਦਾ ਫੈਸਲਾ ਦੇ ਦਿੰਦਾ ਹੈ ਬਿਲਕੁਲ ਕਿਨਾ ਬਿਨਾਂ ਕਿਸੇ ਆਧਾਰ ਤੋਂ ਫੈਸਲਾ ਦੇ ਦਿੰਦਾ ਹੈ ਤਾਂ ਸਾਡੀ ਪੂਰੀ ਰਾਜਨੀਤਿਕ ਵਿਵਸਥਾ ਚੁੱਪ ਰਹਿੰਦੀ ਹੈ ਇਹ ਜਿਹੜੀ ਟੈਂਡੈਂਸੀ ਪੈਦਾ ਹੋ ਰਹੀ ਹੈ ਇਹਨੂੰ ਵੀ ਤੋੜਨ ਦੀ ਲੋੜ ਹੈ ਚੁੱਪੀ ਜਿਹੜੀ ਇਹਨੂੰ ਤੋੜਨ ਦੀ ਲੋੜ ਹੈ ਪਰ ਦੂਜੇ ਪਾਸੇ ਜਿਵੇਂ ਮੈਂ ਪਹਿਲਾਂ ਕਿਹਾ ਸਮਾਜ ਦੇ ਵਿੱਚ ਇਸ ਦਾਇਰਿਆਂ ਤੋਂ ਬਾਹਰ ਬਹੁਤ ਸਾਰੇ ਲੋਕ ਬੋਲ ਰਹੇ ਨੇ ਪਿੰਡ ਪਿੰਡ ਦੇ ਵਿੱਚ ਜਾ ਕੇ ਕਿਤੇ ਵੀ ਜਾ ਕੇ ਤੁਸੀਂ ਵੇਖੋਗੇ ਲੋਕ ਸੰਘਰਸ਼ ਕਰ ਰਹੇ ਨੇ ਸੜਕਾਂ 'ਤੇ ਨੇ ਪੂਰੇ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਕੇ ਬੋਲ ਰਹੇ ਨੇ ਫਿਰ ਦੂਜੇ ਪਾਸੇ ਤੁਸੀਂ ਇਹ ਕਹਿੰਦੇ ਹੋ ਕਿ ਡਰ ਤੇ ਸਹਿਮ ਦਾ ਮਾਹੌਲ ਹੈ ਇਹ ਕਿਉਂ ਕਹਿੰਦੇ ਫਿਰ ਤੁਸੀਂ ਇੱਕ ਵਾਰ ਕਹਿ ਰਹੇ ਬੋਲ ਰਹੇ ਲੋਕ ਹੈਗਾ ਹਾਂ ਇਹੀ ਤਾਂ ਇਹੀ ਇੱਕ ਬੜੀ ਵਿਡੰਬਨਾ ਵੀ ਹੈ ਇੱਕ ਪਾਸੇ ਹਿੰਮਤ ਵਾਲੇ ਲੋਕ ਨੇ ਜਿਨ੍ਹਾਂ ਦਾ ਜੀਵਨ ਬਹੁਤ ਅਸੁਰੱਖਿਅਤ ਹੈ ਉੱਥੋਂ ਆਵਾਜ਼ਾਂ ਆ ਰਹੀਆਂ ਨੇ ਜਿਨ੍ਹਾਂ ਦਾ ਜੀਵਨ ਸੁਰੱਖਿਅਤ ਹੈ ਉੱਥੋਂ ਆਵਾਜ਼ਾਂ ਨਹੀਂ ਆ ਰਹੀਆਂ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਚਾਹੇ ਵਕੀਲ ਹੋਣ ਚਾਹੇ ਪ੍ਰੋਫੈਸਰ ਹੋਣੇ ਡਾਕਟਰ ਹੋਣੇ ਪੱਤਰਕਾਰ ਹੋਣ ਉਹਨਾਂ ਵੱਲੋਂ ਆਵਾਜ਼ਾਂ ਇੰਨੀਆਂ ਨਹੀਂ ਸੁਣਦੀਆਂ ਸਮਾਜ ਦੇ ਮਨੁੱਖੀ ਅਧਿਕਾਰਾਂ ਦੀ ਸਮਾਜ ਦੇ ਸੰਵਿਧਾਨਿਕ ਅਧਿਕਾਰਾਂ ਦੀ ਗੱਲਾਂ ਨੂੰ ਲੈ ਕੇ ਪਿੰਡਾਂ ਦੇ ਵਿੱਚੋਂ ਦੂਰ ਦਰਾਜ਼ ਤੁਹਾਨੂੰ ਅਧਿਕਾਰ ਮਿਲੇ ਹੋ ਕਿ ਤੁਸੀਂ ਪੱਤਰਕਾਰਾਂ 'ਤੇ ਵੀ ਸਵਾਲ ਚੁੱਕਿਆ ਹੈਗਾ ਮੈਨੂੰ ਇਹ ਸਵਾਲ ਕਬੂਲ ਹੈਗਾ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਜਦੋਂ ਦੇਸ਼ ਦੇ ਵਿੱਚ ਇਹ ਕਿਹਾ ਜਾਵੇ ਕਿ ਡਰ ਅਤੇ ਸਹਿਮ ਦਾ ਮਾਹੌਲ ਹੈ ਉਸ ਦੇ ਵਿਚਾਲੇ ਜਦੋਂ ਇਹ ਦਲੀਲ ਆਵੇ ਕਿ ਆਵਾਜ਼ ਤਾਂ ਚੁੱਕੀ ਜਾ ਰਹੀ ਹੈਗੀ ਆਵਾਜ਼ ਕਿੱਥੋਂ ਚੁੱਕੀ ਜਾ ਰਹੀ ਹੈ ਸਵਾਲ ਇਹ ਬੜਾ ਮਹੱਤਵਪੂਰਨ ਹੈਗਾ ਅਤੇ ਉਹ ਆਵਾਜ਼ ਕੌਣ ਕਿੰਨਾ ਸੁਣ ਰਿਹਾ ਹੈਗਾ ਸਵਾਲ ਇਹ ਵੀ ਹੈਗਾ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਫਿਰ ਕਰੂੰਗਾ ਜ਼ਰੂਰ ਸਵਾਲ ਇੱਕੋ ਪੁੱਛ ਰਿਹਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਮੁਤਲਕ ਦੁਨੀਆ ਭਰ ਵਿੱਚ ਕਿਹੜੀ ਬਹਿਸ ਦੀ ਲੋੜ ਹੈਗੀ ਹੈ ਕਹਿਣ ਸਾਹਿਬ ਅਕਸਰ ਤੁਸੀਂ ਇਸ ਮੰਚ 'ਤੇ ਆ ਕੇ ਕਹਿੰਦੇ ਹੋ ਕਿ ਡਰ ਅਤੇ ਸਹਿਮ ਦਾ ਮਾਹੌਲ ਹੈਗਾ ਜਿਵੇਂ ਗੁਰਦਾਰਾ ਸਾਹਿਬ ਵੀ ਪਹਿਲਾਂ ਅਕਸਰ ਇਸ ਡਿਬੇਟ ਦੇ ਵਿੱਚ ਪਾਰਟੀਸਪੇਟ ਕਰਦੇ ਹੋਏ ਇਹ ਗੱਲ ਕਹਿੰਦੇ ਰਹੇ ਹੈਗੇ ਆ ਡਰ ਅਤੇ ਸਹਿਮ ਦਾ ਮਾਹੌਲ ਜੇ ਹੈਗਾ ਤਾਂ ਫਿਰ ਕਾਨੂੰਨ ਤਾਂ ਹੈਗਾ ਸੰਵਿਧਾਨ ਤਾਂ ਹੈਗਾ ਫਿਰ ਡਰ ਅਤੇ ਸਹਿਮ ਦਾ ਮਾਹੌਲ ਕਿਉਂ ਕਿਉਂਕਿ ਇਹਦਾ ਇੱਕ ਜਵਾਬ ਮੈਂ ਦੇ ਦਿਆਂ ਜੀ ਜੀ ਜਸ ਦਿਓ ਤਾਂ ਬੋਲੋ 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 ਜਿਹੜੇ ਅਸੀਂ ਕਾਨੂੰਨ ਅਤੇ ਸੰਵਿਧਾਨ ਦੀ ਗੱਲ ਕਰ ਰਹੇ ਹਾਂ ਤੁਸੀਂ ਯਾਦ ਕਰੋ ਦੇਸ਼ ਦਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਫ ਇੰਡੀਆ ਮਿਸਟਰ ਰੰਜਨ ਗੋਗੋਈ ਉਹਦੇ ਖਿਲਾਫ ਸੈਕਸ਼ੁਅਲ ਅਸੌਲਟ ਦੇ ਆਰੋਪ ਲੱਗੇ ਉਸ ਕੇਸ ਨੂੰ ਕਿਵੇਂ ਜਿੱਥੇ ਗਿਆ ਕਿਵੇਂ ਨਿਪਟਾ ਦਿੱਤਾ ਗਿਆ ਇਹ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਮੈਂ ਤਾਂ ਕਾਨੂੰਨ ਦਾ ਸਵਾਲ ਪਹਿਲਾਂ ਕੀਤਾ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ ਮੈਂ ਤਾਂ ਕਾਨੂੰਨ ਦਾ ਸਵਾਲ ਤੁਹਾਨੂੰ ਪਹਿਲਾਂ ਜਵਾਬ ਦੇ ਰਿਹਾ ਇੱਕ ਪਾਸੇ ਇਹ ਲੜਾਈ ਹੈ ਦੂਜੇ ਪਾਸੇ ਡਰ ਦਾ ਮਾਹੌਲ ਇਹ ਹੈ ਕਿ ਸੱਤਾ ਉਸ ਤੋਂ ਡਰਦੀ ਹੈ ਉਹ ਸੱਤਾ ਤੋਂ ਡਰਦਾ ਨਹੀਂ ਫਿਰ ਡਰ ਅਤੇ ਸਹਿਮ ਦੇ ਮਾਹੌਲ ਦੇ ਵਿੱਚ ਕੀ ਕਾਨੂੰਨ ਵੀ ਖੜਾ ਹੈ ਹਾਂ ਇਹ ਸਾਰੇ ਦੇ ਵਿੱਚ ਇਹ ਸਾਰੇ ਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਉਹ ਵਿਕਟਿਮ ਦੇ ਨਾਲ ਖੜੇ ਹੋ ਜਾਂਦੇ ਨੇ ਸਾਰੇ ਖਤਰੇ ਮੁੱਲ ਲੈ ਕੇ ਵੀ ਇਹ ਜਿਹੜੀ ਉਮੀਦ ਹੈ ਸਮਾਜ ਨੂੰ ਉਹ ਲੋਕਾਂ ਤੋਂ ਉਹ ਉਮੀਦ ਆਵਾਜ਼ ਤੋਂ ਉਹ ਉਮੀਦ ਕਿੱਡੀ ਵੱਡੀ ਹੈਗੀ ਹੈ ਉਹ ਆਵਾਜ਼ ਧਰਾਤਲ ਦੇ ਉੱਤੇ ਬਹੁਤ ਵੱਡੀ ਹੈ
जिन्नी होनी चाहिए उन्नी नहीं गई, पर ऐसे सारे समाज जी रहे। सोनी सोरी ने छत्तीसगढ़ दी चौदे नाल वो लड़ रही थी, ਉਹਦੇ ਨਾਲ ਜੋ ਤਸ਼ੱਦਦ ਕੀਤੀ ਗਈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਚਲੋ ਉਮੀਦ ਹੈਗੀ ਹੈ ਨਾ, ਛੱਡੀ ਨਹੀਂ ਇਸ ਕਰਕੇ ਉਹ ਜਿਹੜੀਆਂ ਆਵਾਜ਼ਾਂ ਨੇ ਉਹ ਹਲੇ ਕਮਜ਼ੋਰ ਦਿਸਦੀਆਂ ਨੇ, ਉਹਨਾਂ ਨੂੰ ਤਾਕਤ ਦੇਣ ਦੀ ਲੋੜ ਹੈ, ਤਾਕਤਵਰ ਹੋਣ ਦੀ ਲੋੜ ਹੈ, ਪਰ ਉਹਨਾਂ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਕਹਿਣ ਸਾਹਿਬ ਉਹ ਕਾਨੂੰਨ ਦੇ ਰਾਹੀਂ ਵੀ ਉਹ ਸਮਾਜ ਦੇ ਵਿੱਚ ਲੜ ਕੇ ਵੀ ਤੁਹਾਡੇ ਆਰਗੂਮੈਂਟ ਦੇ ਵਿੱਚ ਦਮ ਹੈਗਾ। ਕਹਿਣ ਸਾਹਿਬ ਸਵਾਲ ਇਹ ਹੈਗਾ ਕਿ ਜਿਹੜੀ ਉਮੀਦ ਦੀ ਕਿਰਨ ਜਾਪਦੀ ਪਈ ਹੈ ਕੀ ਹੈ, ਉਸ ਉਮੀਦ ਦੀ ਜੋਤ ਦੇ ਵਿੱਚ ਤੇਲ ਕੌਣ ਪਾਊਗਾ ਕਿ ਇਹ ਜੋਤ ਜਪਦੀ ਰਹੇ? ਉਸ ਜੋਤ ਨੂੰ ਤਾਂ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਤੱਕ ਜਿਹੜਾ ਸਮਾਜ ਹੈ, ਜਨਤਾ ਹੈ, ਇਹ ਤਿਆਰ ਨਹੀਂ ਹੁੰਦੀ, ਕਿਉਂਕਿ ਇਹਨਾਂ ਨੂੰ ਆਪਣੇ ਅਧਿਕਾਰਾਂ ਦੇ ਜਿਹੜਾ ਕਾਣ ਕੀਤਾ ਜਾਂਦਾ ਉਹ ਜਨਤਾ ਵੱਲੋਂ ਹੀ ਕੀਤਾ ਜਾਂਦਾ। ਜਨਤਾ ਦੇ ਕੁਛ ਲੋਕ ਨੇ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਦੇ ਨੇ, ਕਿਉਂਕਿ ਸਮਾਜ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਣੂ ਕਰਾਉਣ ਦੇ ਲਈ ਜਿਹੜਾ ਸਾਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਬੱਚਿਆਂ ਨੂੰ ਜਦੋਂ ਸ਼ੁਰੂ ਤੋਂ ਅਸੀਂ ਨਿਸ਼ਚਿਤ ਸਟੇਜ ਤੋਂ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰਦੇ ਹਾਂ, ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੇ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਉਹ ਜਿਹੜੇ ਚੈਪਟਰ ਨੇ ਜੋ ਸਾਡੇ ਬੁੱਕਸ ਦੇ ਵਿੱਚ ਹੋਣੇ ਚਾਹੀਦੇ ਆ ਕਿ ਲੋਕਾਂ ਨੂੰ ਆਪਣੇ ਜਿਹੜੇ ਰਾਈਟਸ ਨੇ, ਅਧਿਕਾਰ ਨੇ, ਮਨੁੱਖੀ ਅਧਿਕਾਰ ਨੇ, ਅਸੀਂ ਬਚਾਉਣੇ ਕਿਵੇਂ ਆ ਔਰ ਦੂਸਰਿਆਂ ਦੇ ਲਈ ਖੜਨਾ ਕਿਵੇਂ ਆ, ਉਸ ਲਈ ਨਿਰਾਪੂਰਾ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਇਹਦੇ ਵਿੱਚ ਜਨਤਾ ਦੀ, ਸਮਾਜ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਹਮੇਸ਼ਾ ਜਨਤਾ ਔਰ ਸਮਾਜ ਜਿਹੜਾ ਉਹ ਆਪਣੀ ਗੱਲ ਸਰਕਾਰਾਂ ਦੇ ਉੱਤੇ ਥੋਪ ਦਿੰਦਾ ਕਿ ਸਰਕਾਰਾਂ ਹੀ ਕੁਛ ਕਰਨ, ਲੇਕਿਨ ਸਰਕਾਰਾਂ ਨਾਲ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਮਾਜ ਦੀ ਹੈ, ਸਮਾਜ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ। ਤੁਹਾਡੀ ਗੱਲ 'ਚ ਵਜਨ ਹੈਗਾ ਕਹਿਣ ਸਾਹਿਬ ਵੀ ਸਰਕਾਰਾਂ ਜ਼ਿੰਮੇਵਾਰੀ ਸਾਰੀ ਨਹੀਂ ਸੌਂਪਣੀ ਚਾਹੀਦੀ, ਪਰ ਸਰਕਾਰਾਂ ਤਾਕਤ ਵੀ ਵੰਡੇ ਨਾ ਅੱਗੇ। ਸਵਾਲ ਤਾਂ ਹੈ ਨਾ, ਜਿਹੜਾ ਝੰਡਾ ਚੱਕਦਾ ਉਹ ਕਹਿੰਦੇ ਵਿਰੋਧ ਦੀ ਆਵਾਜ਼ ਹੈਗੀ ਹੈ, ਇਹਦੇ 'ਤੇ ਲਾ ਦੋ ਜੀ ਦੇਸ਼ ਧਰੋਹ ਦਾ ਮੁਕੱਦਮਾ, ਇਹ ਵਿਰੋਧ ਕਰਦਾ ਬਹੁਤ ਆ, ਕਿਉਂਕਿ ਫਿਰ ਉੱਥੇ ਕੀ ਕੀਤਾ ਜਾਵੇ? ਬੜੇ ਬਿੱਲ ਪਾਸ ਹੋ ਗਏ, ਮੇਰੇ ਕੋਲ ਪਈ ਸਾਰੀ ਡਿਟੇਲਾਂ, ਮੈਂ ਬੋਲੂੰਗਾ ਤੇ ਫਿਰ ਲੋਕਾਂ ਨੂੰ ਉਲਝਾ ਦੂੰਗਾ, ਦਰਸ਼ਕਾਂ ਨੂੰ ਉਲਝਾ ਦੂੰਗਾ। ਵਾਲਾ ਤੇ ਸਿੰਚਵਾਲ ਜਦੋਂ ਸਫਾਈ ਦੀ ਗੱਲ ਕਰਦੇ ਨੇ, ਪਾਣੀ ਦੀ ਗੱਲ ਕਰਦੇ ਨੇ, ਸਰਕਾਰਾਂ ਉਹਨਾਂ ਦੇ ਵੀ ਕੇਸ ਦਰਜ ਕਰ ਦਿੰਦੀਆਂ ਨੇ। ਸਵਾਲ ਇਹ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਕਿਉਂਕਿ ਸਮਾਜ ਹੀ ਸਰਕਾਰ ਬਣਾਉਂਦਾ, ਸਰਕਾਰ ਸਮਾਜ ਨਹੀਂ ਬਣਾਉਂਦੀ, ਲੇਕਿਨ ਜਦੋਂ ਅਸੀਂ ਸਮਾਜ ਦੇ ਲੋਕ, ਚਿੰਤਨ ਕਰਨ ਵਾਲੇ ਲੋਕ ਮੂਕ ਦਰਸ਼ਕ ਬਣ ਕੇ ਤਮਾਸ਼ਬੀਨ ਬਣ ਜਾਂਦੇ ਹਾਂ। ਹੁਣ ਪੰਜਾਬ ਦੇ ਵਿੱਚ ਅਸੀਂ ਲਾਈਏ ਕਿੰਨੀਆਂ ਘਟਨਾਵਾਂ ਵਾਪਰੀਆਂ, ਇੱਕ ਬਜ਼ੁਰਗ ਨੂੰ ਪੋਲ ਨਾਲ ਬੰਨ੍ਹ ਕੇ ਕੁੱਟ ਦਿੱਤਾ ਗਿਆ, ਲੇਕਿਨ ਉੱਥੇ ਕਿਸੇ ਨੇ ਵੀ ਉਹਦੀ ਆਵਾਜ਼ ਨਹੀਂ ਚੱਕੀ, ਕਿਉਂਕਿ ਜਦੋਂ ਦੇਖਦੇ ਨੇ ਕਿ ਇੱਥੇ ਪੋਲੀਟੀਕਲੀ ਮਾਈਲੇਜ ਮਿਲਣ ਵਾਲੀ ਹੈ ਤਾਂ ਸਾਰੇ ਬੰਦੇ, ਜਨਤਾ ਜਿਹੜੀ ਆ ਬਾਹਰ ਨਿਕਲ ਆਉਂਦੀ ਹੈ, ਬਾਅਦ ਵਿੱਚ ਪੂਰੇ ਮੁਲਕ ਦੇ ਸੰਦਰਭ ਦੇ ਵਿੱਚ ਪੰਜਾਬ ਨੂੰ ਅੱਜ ਉਹਨਾਂ ਕਰਕੇ ਦੇਖ ਰਹੇ ਹੋ। ਹਾਂ, ਜਿਹੜੇ ਪੰਜਾਬ ਦੀ ਅਣਖ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਸੀ, ਤੁਸੀਂ ਅੱਜ ਪੰਜਾਬ ਦੇ ਅਣਖ ਵਾਲੀ ਕਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਔਰ ਪਹਿਲਾਂ ਵੀ ਹੋ ਰਿਹਾ ਤੇ ਹੁਣ ਵੀ ਹੋ ਰਿਹਾ। ਇਹ ਸਵਾਲ ਬੜਾ ਇੰਪੋਰਟੈਂਟ ਹੈਗਾ, ਇਸ ਸਵਾਲ ਨੂੰ ਮੈਂ ਲੈਣਾ ਜ਼ਰੂਰ ਹੈਗਾ, ਪੰਜਾਬੀ ਦੀ ਅਣਖ ਕੀ ਮਰਦੀ ਜਾ ਰਹੀ ਹੈ? ਚਲੋ ਉਹ ਤਾਂ ਮੈਂ ਗੱਲ ਕਰਦਾ ਹੈਗਾ, ਪਹਿਲਾਂ ਮੈਂ ਜਿਹੜੀ ਹੈ ਨਾ ਜਿਸ ਢੰਗ ਨਾਲ ਜਿਸ ਭਾਸ਼ਾ ਦੇ ਵਿੱਚ ਕੈਂਤ ਸਾਹਿਬ ਬੋਲ ਰਹੇ, ਮੈਨੂੰ ਅਫਸੋਸ ਹੁੰਦਾ ਆ। ਤੁਸੀਂ ਇੱਕ ਦਲਿਤ ਜਿਹੜੀ ਇੱਕ ਇਨਕਲਾਬੀ ਜਮਾਤ ਦੇ ਲੀਡਰ ਹੈਗੇ ਆ, ਉਹਨਾਂ ਤੋਂ ਉਹਨਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ। ਤੁਸੀਂ ਸਰਕਾਰਾਂ ਨੂੰ ਇੱਕ ਪਾਸੇ ਕਰਕੇ ਲੋਕਾਂ ਨੂੰ ਹੀ ਕਹੀ ਜਾਂਦੇ ਆ ਲੋਕ ਹਨਨ ਕਰਦੇ, ਲੋਕ ਇੰਡੀਪੈਂਡੈਂਟ ਕੋਈ ਚੀਜ਼ ਨਹੀਂ ਹੈ, ਲੋਕ ਕੋਈ ਇਸ ਤਰ੍ਹਾਂ ਇੱਕ ਬਰਾਬਰਤਾ ਸਮਤਾ ਵਾਲੇ ਲੋਕ ਥੋੜ੍ਹੀ ਆ, ਉਹ ਲੋਕ ਹੀ ਕਰਦੇ ਆ ਸਮਾਜ ਵਿੱਚੋਂ ਵੀ ਜਿਨ੍ਹਾਂ ਨੂੰ ਪਤਾ ਕਿ ਉਹਨਾਂ ਦੇ ਪਿੱਛੇ ਸਰਕਾਰਾਂ ਖੜੀਆਂ ਅਤੇ ਉਹਨਾਂ ਦੀ ਜ਼ਰੂਰਤ ਹੁੰਦੀ ਆ ਕਿ ਉਹਨਾਂ ਨੂੰ ਕੋਈ ਕਾਨੂੰਨ ਨਹੀਂ ਫੜ ਸਕਦਾ, ਨਹੀਂ ਤਾਂ ਦੂਜਾ ਕੋਈ ਕਰਕੇ ਦੱਸੇ। ਉਹ ਲੋਕ ਨਹੀਂ ਹੈ, ਉਹ ਵੀ ਸਰਕਾਰ ਦੇ ਪ੍ਰੋਟੈਕਟਡ ਲੋਕ ਹੈ ਜਾਂ ਸਰਕਾਰ ਦੇ ਹਿੱਸੇ ਆ, ਆਪਾਂ ਲੋਕ ਹਾਂ, ਆਪਾਂ ਕਿਉਂ ਨਹੀਂ ਕਰਦੇ? ਇਸ ਕਰਕੇ ਇਸ ਤਰ੍ਹਾਂ ਨਹੀਂ, ਇਹ ਗੱਲ ਨੂੰ ਤੁਸੀਂ ਨਿਖੇੜ ਕੇ ਦੇਖੋ, ਸਿਸਟਮ ਦੇ ਵਿੱਚ ਬੰਨ੍ਹ ਕੇ ਦੇਖੋਗੇ ਤਾਂ ਤੁਹਾਨੂੰ ਹੋਰ ਲੱਗੂ। ਦੂਜੀ ਗੱਲ, ਤੁਸੀਂ ਜਿਹੜੀ ਪੰਜਾਬ ਦੀ ਕੀਤੀ ਔਰ ਬੜੇ ਭਾਵੁਕ ਹੋ ਕੇ, ਮੇਰੇ ਵੀਰ ਮਾਲੀ ਜੀ ਨੇ ਵੀ ਕਹੀ ਆ ਕਿ ਸਿੱਖੀ ਦੇ ਇੰਜ ਆ, ਸਿੱਖੀ ਦੇ ਵਿੱਚ ਆਹ ਨਹੀਂ ਆ, ਔਰ ਦੇਖੋ ਉਹ ਤਾਂ ਸੰਵਿਧਾਨ 'ਚ ਵੀ ਬਹੁਤ ਕੁਝ ਆ, ਫਿਰ ਉਹਦੇ ਬਾਵਜੂਦ ਇਹ ਸਾਰਾ ਕੁਝ ਹੋ ਰਿਹਾ। ਸਿੱਖੀ ਦੇ ਵਿੱਚ ਵੀ ਬਹੁਤ ਕੁਝ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਆ, ਅਤੇ ਪੁਰਾਣੇ ਸਿੱਖੀ ਦੇ ਇਤਿਹਾਸ ਵਿੱਚ ਵੀ ਬਹੁਤ ਕੁਝ ਆ ਇਨਸਾਫ ਦੀ ਲੜਾਈ। ਪਰ ਜਿਨ੍ਹਾਂ ਦੇ ਹੱਥ ਅੱਜ ਸਿੱਖੀ ਲੱਗੀ ਹੋਈ ਆ ਉਹ ਕੀ ਕਰ ਰਹੇ, ਉਹ ਵੀ ਤਾਂ ਦੇਖੋ ਨਾ। ਅੱਜ ਸਿੱਖਾਂ ਦੇ ਸਭ ਤੋਂ ਵੱਡੇ ਲੰਬੜਦਾਰ ਜਾਂ ਪਾਵਰਫੁੱਲ ਲੌਬੀ ਕੌਣ ਆ ਪੰਜਾਬ ਦੇ ਵਿੱਚ? ਜੱਟ ਜ਼ਿਮੀਂਦਾਰ ਹੈਗੇ ਆ, ਔਰ ਦਲਿਤਾਂ ਨੂੰ ਜਿਸ ਤਰ੍ਹਾਂ ਉਹ ਸਭ ਤੋਂ ਵੱਧ ਅਪਰੈਸਰ ਕੌਣ ਆ? ਜੇ ਇਮੀਡੀਏਟ ਕਿਸੇ ਦੇ ਨਾਲ ਉਹਨਾਂ ਦਾ ਕਨਫਲਿਕਟ ਆਉਂਦਾ ਤਾਂ ਉਹ ਦਲਿਤਾਂ ਦੇ ਨਾਲ ਆਉਂਦਾ, ਅਤੇ ਉੱਥੇ ਕਿੱਥੇ ਸਿੱਖੀ ਜਾਂਦੀ ਆ? ਅੱਜ ਸਮਰਜੀਤ ਸਿੰਘ, ਸਮਰਜੀਤ ਸਿੰਘ ਵੈਸੇ ਮੈਨੂੰ ਇਹ ਡਿਬੇਟ ਦੇ ਵਿੱਚ ਲਿਆਉਣਾ ਨਹੀਂ ਚਾਹੀਦਾ ਸੀਗਾ ਪਾਠ ਜਿਹੜਾ ਤੁਸੀਂ ਜ਼ਿਕਰ ਛੇੜਤਾ ਹੈਗਾ। ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਆ, ਸਿੱਖੀ ਦੀ ਗੱਲ ਕਰਦੇ, ਉਹਦੇ ਵਿੱਚ ਤਾਂ ਜਾਤ ਪਾਤ ਦੀ ਗੱਲ ਹੀ ਨਹੀਂ ਹੈਗੀ, ਤੁਸੀਂ ਜੱਟ ਜੂਟ ਪਤਾ ਨਹੀਂ। ਨਹੀਂ, ਕਾਨੂੰਨ ਤੌਰ ਦੇ ਮੈਂ ਇਹੀ ਤੇ ਗੱਲ ਕਹਿਣਾ ਆ ਵੀ ਕਾਨੂੰਨ ਇੱਕ ਪਾਸੇ ਰਹਿ ਜਾਂਦਾ, ਭਾਵੇਂ ਉਹ ਸਾਡਾ ਕਨਸਟੀਟਿਊਸ਼ਨ ਹੋਵੇ, ਭਾਵੇਂ ਸਾਡੇ ਲਾਅ ਹੋਵੇ, ਸਿਧਾਂਤਕ ਕਾਨੂੰਨ ਨੂੰ ਪਾਸੇ ਛੱਡ ਕੇ ਸਿਧਾਂਤਕ ਤੌਰ ਤੇ ਵੀ ਸੋਚ ਲਓ ਨਾ ਤੁਸੀਂ, ਸਿੱਖ ਸਿਧਾਂਤਾਂ ਮੁਤਾਬਕ ਵੀ ਸੋਚ ਲਓ ਨਾ, ਉਹਦੇ ਵਿੱਚ ਨਹੀਂ ਹੈਗਾ, ਪਰ ਬਾਵਜੂਦ ਇਸ ਤੇ ਥੋਪਿਆ ਜਾ ਰਿਹਾ, ਕਿਉਂ ਆ ਰਿਹਾ ਇਹ? ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਇਸ ਕਰਕੇ ਜਿਹੜੇ ਸਿਧਾਂਤ ਹੈ, ਜਿਹਨੂੰ ਮੈਂ ਡੀਜੋਰ ਕਿਹਾ ਸੀਗਾ ਵੀ ਜਿਹੜੀ ਕਾਨੂੰਨ ਗੱਲ ਇੱਕ ਪੱਖ ਆ, ਪਰ ਤੁਹਾਡੀ ਪ੍ਰੈਕਟਿਸ ਕੀ ਹੈ ਡੀਫੈਕਟੋ? ਜਿਹੜੀ ਪ੍ਰੈਕਟਿਸ ਧਰਾਤਲ ਦੀ ਪ੍ਰੈਕਟਿਸ
जिन्ना जिन्ना तो उम्मीद की जाती सी कि धर्म के नाते ज कानून के ना के उ समता लिया बेइंसाफी नहीं मालिक साहब मैं ब्रेक लेनी ब्रेक जाने एक सवाल जरूर करना चाहना सवाल यह है कि है सब कुछ या कानून भी है सिद्धांत भी है पर जमीन तो वो नहीं है प्रसम अजीत सिंह कह रहे सब तो पहली गल तो यह है जी जी असी सरकार चुनते हैं वह संविधान के अनुसार चुनते हैं सरकार दी जिम्मेवारियां ने संविधानक भी उन्हें आम कानून का राज लागू करना जो संविधान के हक दिते हुए ने उन्हू सरकार ने लागू करना जे वह हक नहीं दिंदी तो लोगों को विरोध करना चाहिए न्यायपालिका उस लई इंसाफ करना चाहिए साढ़े लोगों ने विरोध किया पहला भी किया हूँ भी किया पर हुंदा की आ जिहड़ी सरकार बनी है जो उहदियां जिम्मेवारियां ने जिहड़ियां उही कर सकदी आ उहदे कोल ही ताकत आ जां जिहड़ा सवाल तुसीं उठाया भी लोग करनगे डिसेंट्रलाइज कर दो तुसीं लोगों को ताकत तो दिओ ना जी सो इस करके समस्यावां इह हैगियां ने पर एक जो असीं सिक्खी सिधांत दे तौर ते गल करदे आं अड्डा सरकार दे तौर ते गल करदे आं अड्डा पर जिन्हां कोले सरकार आ जे उह जिम्मेवारी नहीं निभाउंदे जिहड़े अज श्रोमणी कमेटी दे काबज ने सियासी पार्टियां ने मैं तां पहली मुकाबले शुरू करन दा बादल तो शुरू कीता बाद तो मुकरन दा बादल तो असीं सारा पोलिटिकल सिस्टम ते आ गए जिहड़े मनुखी अधिकार संस्थावां हैगियां उह काम करदियां पईआं मनुखी अधिकार संस्थावां ने बड़ी कमजोरी विखाई आ तुसीं इह देखो एक जदों लहर खत्म हो गई नाले मनुखी अधिकार जथेबंदियां चुप हो गईआं खालड़ा साहब ने 1995 च आ के आ अणपछातियां लाशां दा मामला सामने लिआंदा सी उह अकाली दल दा जनरल सकत्तर सी ते अकाली लीडर ने किसे ने बयान नहीं दित्ता सी सिर्फ जथेदार गुरचरण सिंह टौड़ा ने बयान भी दिता टेलीग्राम भी की सुप्रीम कोर्ट ने उहदा नोटिस लिया पर खालड़े दे तो बाद बाकी शमशान घाटा नूं किसे ने क्यों नहीं फरोलिया जी किसे जथेबंदी ने क्यों नहीं फरोलिया सरकार ने क्यों नहीं फरोलिया ह्यूमन राइट्स जथेबंदियां ने क्यों नहीं फरोलिया ह्यूमन राइट्स जथेबंदियां दी बहुत कमजोरी वाली हालत आ साडे पंजाब दे विच पहुंचे मनुखी अधिकारां बारे गलत जदों मेरी गल सुणो जी जदों तुहाडे कोल इन्नी हिम्मत नहीं भी जदों पुलिस वाले ने परिवार मारे ने तुसीं उहदी निखेधी करो तुसी हैरान होवोगे मैं मनुखी अधिकार सभा का खोज पड़ताल सकत्तर सी मैं बयान दिता भी ये गलत आ हिंदुओं ने बयान मारन दे खिलाफ मैं बयान दिता ते नाल दे नाल मैनू भी चिट्ठियां आ गईयां भी कायम हो जा सोध दांगे तैनू चलो एक छोटा ब्रेक लवेंगे ब्रेक तो वापस आवेंगे जदों ये सवाल किए जाण कि सोध दवेंगे तैनू तो फिर सवाल पूछने लाजमी हो जाते हैं कि सवाल करेगा कौन जो सवाल करने वाले घट जाएंगे जो मनुखी अधिकारों की गल करने वाले घट जाएंगे तो फिर जो गदारा साहब ये गल कह कि दीवा हजे जगदा पै है जोत जगती पई हैगी है यही है कि आवाज़ उठती नहीं पई हैगी पर आवाज़ चुकन वाले कौन है तो उन्होंने मंच कौन प्रदान कर रहा है उन्हां पिछे ताकत कीड़ी हैगी जो उन्होंने होर ताकत जरूरत हैगी है जे ये ताकत वंडी जाए कि सरकार ताकत देनगियां तो यह सिस्टम है जो मजबूत हो सकता है पर जो ये कहना पवे कि साडा हक इत्थे रख उदो सवाल सुनिया जाता कि नहीं सुनिया जाता ब्रेक तो वापस आके फिर पूछूंगा जरूर सवाल एक पूछे मनुखी अधिकारों की राखी मुतलक दुनिया भर में कि बहस की लड़ है गुरदारव साहब मैं सवाल यह पूछना चाह रहा जो ये गल की जाए कि जो माली सभा का परसनल एक्सपीरियंस शेयर करते पे जो ये गल कह कि जो मैं आवाज़ चुकी तो मैनू भी चिट्ठी आ गई कि सोध देंगे तेनों ये विरोध करन दा तरीका सानू नहीं आ रहा जां आलोचना अगे पसंद नहीं आ रही सवाल इत्थे खड़ा मैं एक गल नाल दूजी नाल शुरू करना चाहना एक तो तुसीं जिहड़ा कहा कि मनुखी अधिकारां दी गल दा दीवा जल रहा है कि नहीं जल रहा जे अज दे दिन टीवी दे डिबेट हो रही है ये जिहड़ी तुसीं डिबेट कर रहे हो मैनूं तां उस दीवे दी लो दे वांग ही लगदी है चलो बहुत धन्नवाद तुहाडा दूजी गल सरकारां दा की रोल है सरकार की करदी मैं छोटी जी गल कहना चाहना सैक्टर चंडीगढ़ की गल कहना चाहना ये सैक्टर 17 के बाकी सैक्टर की गल कहना चाहना जो मनजीत जी ने कहा उस गल अगे बताते कि सरकार का रोल की है सैक्टर 17 के खुली थान पर स्ट्रीट वेंडर बैठते सी आपका समान बेचते सी कोर्ट के मामला आया कि देखो जी लोगों के उत्थे खुल तुरन फिरन की खुली थान है नहीं कोर्ट ने ऑर्डर दिता सवेरे सवेरे आके उन्होंने बिल्कुल आने नहीं दिता तो फोटो लाई गई देखो जी हम सैक्टर 17 कितना वधिया हो गया तुसीं संडे के दिन दिने तो किसी दिन शाम को चंडीगढ़ के किसी भी सैक्टर की किसी भी गली जाके वेखो तो फिर वेखो तुरंत की किन्नी थां है तुहाडे कोल घर के बाहर छोटे पार्क बनाए ने वो पार्किंग उस तो बाद बाहर गलिया च ने एक पासे तुसी उन्होंने जीवन यापन के साधन नहीं दे रहे दूजे वास्ते लोगों की सुविधा की जिहड़ी गड्डिया ने उन्होंने खड़ी करने की थां दे रहे हो इहदे विच सरकार का रोल है कि सरकार आपका रोल जिहड़ा किवें निभाणगियां कि नहीं निभाणगियां सरकार नहीं निभा रही प्रदूषण के हालात देख ही रहे हैं पिछले दिनों प्रदूषण के भी हालात देख लिया बिल्कुल यही गल बिल्कुल यही गल जो सुप्रीम कोर्ट ने टिप्पणी करनी पैंदी हैगी दूजे पासे मैं गल कहना चाहना कि रूल ऑफ लॉ की गल हुई असं रूल ऑफ लॉ की गल करते हैं तो साढ़े सरकारी पदों के बैठे पुलिस के बैठे लोग जुडिशरी बैठे लोग यूनिवर्सिटी कॉलेज के बैठे प्रोफेसर
ਇਹ ਕਹਿੰਦੇ ਨੇ ਕਿ ਝੂਠੀ ਮੁੱਠਭੇੜ ਤਾਂ ਕਰਨੀ ਜ਼ਰੂਰੀ ਸੀ, ਮੁੱਠਭੇੜ ਦੇ ਵਿੱਚ ਮਾਰ ਦਿੱਤਾ ਕਿਉਂਕਿ ਲੋਕਾਂ ਦੀ ਆਵਾਜ਼ ਸੀ ਕਿਸੇ ਕਾਨੂੰਨ ਸੰਵਿਧਾਨਿਕ ਦਾਇਰੇ ਦੀ ਗੱਲ ਨਾ ਹੋਵੇ। ਇਹ ਜੇ ਚਰਚਾ ਅਸੀਂ ਕਰੀਏ ਤਾਂ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਣ ਦੀ ਗੱਲ ਹੀ ਨਾ ਕਰੀਏ, ਕਾਰਵਾਈ ਹੋਣੀ ਤਾਂ ਦੂਰ ਦੀ ਗੱਲ ਹੈ। ਇਹ ਵੀ ਸੱਚਾਈ ਹੈ, ਇਹਨਾਂ ਨੂੰ ਦੋਵਾਂ ਨੂੰ ਵੇਖਣਾ ਚਾਹੀਦਾ ਹੈ। ਜਦੋਂ ਅਸੀਂ ਇਹਨਾਂ ਦੋਵਾਂ ਨੂੰ ਵੇਖਦੇ ਹਾਂ ਉਦੋਂ ਲੱਗਦਾ ਇੱਕ ਪਾਸੇ ਜਿਹੜਾ ਇਹਨਾਂ ਨੇ ਵਿਕੇਂਦਰੀਕਰਨ ਕਿਹਾ, ਡਿਸੈਂਟਰਲਾਈਜੇਸ਼ਨ ਕਿਹਾ ਜਾਂ ਕੇਂਦਰੀਕਰਨ, ਜਿਹੜਾ ਕੇਂਦਰੀਕਰਨ ਸਾਰਾ ਕੁਝ ਹੋ ਗਿਆ ਪਾਵਰਸ ਦਾ ਸਮਾਜ ਦੇ ਅੱਡ ਅੱਡ ਹਿੱਸਿਆਂ ਦੇ ਵਿੱਚ, ਉਹਨਾਂ ਦੀ ਲੋਕਲ ਜਿਹੜੇ ਇੰਸਟਿੰਕਟ ਨੇ, ਲੋਕਲ ਕਲਚਰਸ ਨੇ, ਲੋਕਲ ਉਹਨਾਂ ਦੇ ਜੀਵਨ ਯਾਪਨ ਹੈ, ਉਹਦੇ ਮੁਤਾਬਿਕ ਉਹਨਾਂ ਨੂੰ ਅਧਿਕਾਰ ਦੇਣਾ। ਦੂਜੇ ਪਾਸੇ ਸਰਕਾਰ ਦੇ ਹੋਣ ਦੀ ਨਿਊਨਤਮ ਡਿਊਟੀ ਹੈ, ਸਟੇਟ ਦੇ ਹੋਣ ਦੀ ਨਿਊਨਤਮ ਡਿਊਟੀ ਹੈ ਕਿ ਜਿਹੜਾ ਉਦੋਂ ਮਾਰਜਨਲਾਈਜ਼ਡ ਹੈ ਉਹਦੇ ਪੱਖ 'ਚ ਆ ਕੇ ਖੜੇ ਹੋਵੇ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰੇ, ਉਹਨਾਂ ਦੀ ਆਵਾਜ਼ ਨੂੰ ਵੀ ਸਪੇਸ ਦੇਵੇ, ਉਹਨਾਂ 'ਤੇ ਹੋਰੇ ਅਟੈਕ ਦੇ ਖਿਲਾਫ਼ ਕਾਰਵਾਈ ਵੀ ਕਰੇ। ਇਹਦੀ ਆਵਾਜ਼ ਇੱਕ ਪਾਸੇ ਬਹੁਤ ਖਤਰੇ ਨੇ, ਦਿੱਕਤ ਇਹੀ ਹੈ ਕਿ ਖਤਰੇ ਇੰਨੇ ਜ਼ਿਆਦਾ ਨੇ ਕਿ ਬਹੁਤ ਸਾਰੇ ਲੋਕ ਡਰ ਕੇ ਪਿੱਛੇ ਬੈਠ ਰਹੇ ਨੇ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਿਨ੍ਹਾਂ ਦੇ ਉੱਤੇ ਖਤਰੇ ਜ਼ਿਆਦਾ ਨੇ ਉੱਥੇ ਲੋਕ ਲੜ ਵੀ ਰਹੇ ਨੇ, ਲੜ ਰਹੇ। ਠੀਕ ਠੀਕ ਹੈ ਕੈਨ ਸਾਹਿਬ, ਸਵਾਲ ਇਹ ਹੈਗਾ ਕਿ ਲੜਾਈ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ? ਕਿਉਂਕਿ ਸਾਨੂੰ ਜਿਹੜੀ ਡੈਮੋਕਰੇਟਿਕ ਵੇ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ, ਰੋਸ ਮੁਜ਼ਾਹਰੇ ਧਰਨੇ ਜੋ ਜਿਸ ਤਰੀਕੇ ਨਾਲ ਕਰਨਾ ਚਾਹੀਦਾ, ਜਿਸ ਤਰੀਕੇ ਨਾਲ ਹਿੰਸਕ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਠੀਕ ਨਹੀਂ ਹੈ, ਸਮਾਜ ਦੇ ਲਈ ਠੀਕ ਨਹੀਂ ਹੈ। ਕਿਉਂਕਿ ਜਿਸ ਜੀ ਸੋਰੀ ਮੈਂ ਵਿੱਚੋਂ ਮੜ ਜਾ ਟੋਕਦਾ, ਜਿੰਨੀ ਹਿੰਸਾ ਸਟੇਟ ਕਰ ਰਹੀ ਹੈ ਲੋਕਾਂ ਦੇ ਉੱਤੇ ਔਰ ਜਿੰਨਾ ਸਮਾਜ ਦਾ ਸਟਰਕਚਰ ਦੀ ਹਿੰਸਾ ਹੈਗੀ ਆ, ਤੁਸੀਂ ਤਾਂ ਇਉਂ ਕਰ ਰਹੇ ਸ਼ਾਂਤੀ ਨਾਲ ਕਰਨਾ ਚਾਹੀਦਾ। ਸ਼ਾਂਤੀ ਨਾਲ ਕਰਨ ਕੌਣ ਦੇ ਰਿਹਾ? ਕੋਈ ਬੋਲਣ ਨਹੀਂ ਦੇ ਰਿਹਾ। ਮਾੜੀ ਜੀ ਤੁਸੀਂ ਗੱਲ ਕਰੋ ਤਾਂ ਤੁਹਾਨੂੰ ਦੇਸ਼ ਧਰੋਈ ਕਹਿ ਦਿੰਦੇ ਆ, ਤੁਸੀਂ ਕਹਿੰਦੇ ਤੁਸੀਂ ਡਿਸੈਂਟ ਕਿਉਂ ਦਿੰਦੇ ਆ? ਇਹ ਇੰਨੀ ਸ਼ਾਂਤੀ ਵਾਲਾ ਜਿਹੜਾ ਜਿੰਨੀ ਵੱਡੀ ਪ੍ਰੋਬਲਮ ਦੇ ਜਿਸ ਸੈਕਸ਼ਨ ਦੇ ਤੁਸੀਂ ਲੀਡਰ ਆ, ਮੈਨੂੰ ਅਫਸੋਸ ਹੁੰਦਾ ਤੁਸੀਂ ਜਿਸ ਭਾਸ਼ਾ 'ਚ ਗੱਲ ਕਰ ਰਹੇ ਉਹ ਕਦੋਂ ਤੱਕ ਪਹੁੰਚੂਗੀ? ਕਦੋਂ ਉਹਨਾਂ ਨੂੰ ਲੱਭੇਗੀ ਆਵਾਜ਼ ਉੱਚੀ ਕਰਨ? ਉਹ ਜਿਹੜੀ ਮਨਜੀਤ ਜੀ ਨੇ ਗੱਲ ਕਹੀ ਅਤੇ ਇਹਨਾਂ ਨੇ ਗੱਲ ਕਹੀ, ਇਹਦੇ ਨਾਲ ਤੁਸੀਂ ਜਿਹੜੀ ਮਾਲੀ ਸਾਹਿਬ ਨੇ ਗੱਲ ਕਹੀ ਸੀ ਉਹਨੂੰ ਜੋੜੀਏ। ਜਿਹੜੀ ਸੋਧ ਦੇਣ ਦੀ ਗੱਲ ਹੈ ਉਹ ਵਾਇਲੈਂਸ ਹੈ, ਵਾਇਲੈਂਸ ਨਾਲ ਤਾਂ ਕਿਸੇ ਦਾ ਹੱਲ ਹੋ ਨਹੀਂ ਸਕਦਾ, ਕਿਸੇ ਤਰ੍ਹਾਂ ਦੀ ਵਾਇਲੈਂਸ ਹੋਵੇ, ਸਟੇਟ ਦੀ ਹੋਵੇ, ਨੋਨ ਸਟੇਟ ਐਕਟਰਸ ਦੀ ਹੋਵੇ, ਪਰੰਤੂ ਨੋਨ ਸਟੇਟ ਐਕਟਰਸ ਦੀ ਵਾਇਲੈਂਸ ਨੂੰ ਰੋਕਣ ਦਾ ਅਧਿਕਾਰ ਸਟੇਟ ਨੂੰ, ਸਰਕਾਰ ਨੂੰ ਉਦੋਂ ਹੀ ਮਿਲਦਾ ਹੈ ਜਦੋਂ ਉਹ ਆਪ ਵਾਇਲੈਂਸ ਨਾ ਕਰਨ। ਜਿੱਦਣ ਉਹ ਵਾਇਲੈਂਸ ਨਹੀਂ ਕਰਨਗੀਆਂ, ਲੋਕ ਨੋਨ ਸਟੇਟ ਐਕਟਰ ਦੀ ਵਾਇਲੈਂਸ ਦੇ ਖਿਲਾਫ਼ ਵੀ ਖੜੇ ਹੋ ਜਾਣਗੇ, ਅਤੇ ਜਦੋਂ ਖੜੇ ਹੋ ਜਾਣਗੇ ਉਦੋਂ ਇਹ ਗੱਲ ਨਹੀਂ ਕਹੀ ਜਾ ਸਕੇਗੀ ਕਿ ਜੇ ਤੁਸੀਂ ਬੋਲੇ ਹੋ, ਸੱਚ ਬੋਲੇ ਹੋ, ਮਾਲੀ ਸਾਹਿਬ ਤੁਹਾਨੂੰ ਸੋਧ ਦੇਵਾਂਗੇ, ਫਿਰ ਹੀ ਉਹ 'ਤੇ ਰੋਕ ਲੱਗ ਸਕਦੀ। ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕੋਰਟ ਨੇ ਜਿਹੜੀ ਹੁਣ ਸਟੇਟਮੈਂਟ ਦਿੱਤੀ, ਇਨਸਾਫ਼ ਅਤੇ ਬਦਲਾ ਲੈਣ ਵਿੱਚ ਫਰਕ ਹੈਗਾ। ਮੈਂ ਇੱਕ ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਦੱਸਣਾ ਚਾਹੁੰਦਾ, ਅਸੀਂ ਪਿਛਲੇ ਸਾਲ ਧਰਨਾ ਲਾਇਆ ਸੀਗਾ, 72 ਦਿਨ ਧਰਨਾ ਲਾਇਆ, ਅਸੀਂ ਬੜਾ ਡੈਮੋਕਰੈਟਿਕ ਵੇ 'ਚ ਧਰਨਾ ਲਾਇਆ ਔਰ ਜਿੰਨੇ ਪੁਲਿਸ ਨੇ ਗਲਤ FIRs ਦਰਜ ਕੀਤੀਆਂ ਅਸੀਂ ਉਹਨਾਂ ਸਾਰੀਆਂ ਨੂੰ ਅਬੋਲਿਸ਼ ਕਰਾਇਆ, ਔਰ ਇਹ ਲੜਨ ਦਾ ਇੱਕ ਤਰੀਕਾ ਹੈ, ਔਰ ਲੜਨ ਦੇ ਤਰੀਕੇ ਨਾਲ ਅਸੀਂ ਉਸਨੂੰ ਉਗਰ ਕਰਾਂਗੇ ਤਾਂ ਉਗਰ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਵੀ ਸਮੱਸਿਆ ਪੈਦਾ ਹੁੰਦੀ ਹੈ। ਅਗਰ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ ਡੈਮੋਕਰੈਟਿਕ ਵੇ ਦੇ ਵਿੱਚ ਕਰੀਏ, ਔਰ ਸਰਕਾਰਾਂ ਡੈਮੋਕਰੇਸੀ ਹੈ, ਲੋਕਤੰਤਰ ਜਿੰਦਾ ਹੈ, ਹਾਂ ਜਿੰਦਾ ਹੈ। ਠੀਕ ਹੈ ਮਾਲੀ ਸਾਹਿਬ, ਲਾਸਟ ਕਮੈਂਟ ਮੈਨੂੰ ਤੁਹਾਡਾ ਚਾਹੀਦਾ, ਲੋਕਤੰਤਰ ਜਿੰਦਾ ਹੈਗਾ, ਸੰਵਿਧਾਨ ਦੇ ਉੱਤੇ ਕੋਈ ਸੰਕਟ ਤਾਂ ਨਹੀਂ ਹੈਗਾ, ਲੋਕ ਆ ਜਿਹੜੀ ਆਪਦੀ ਆਵਾਜ਼ ਆ ਜਿਹੜੀ ਜਾਂ ਆਪਦੇ ਹੱਕਾਂ ਪ੍ਰਤੀ ਆ ਜਿਹੜੀ ਉਹ ਗੱਲ ਕਰ ਸਕਦੇ ਆ, ਕਿਸੇ ਨੂੰ ਕੋਈ ਡਰ ਨਹੀਂ ਹੈਗਾ। ਦੇਖੋ ਭਾਰਤ ਦੇ ਵਿੱਚ ਲੋਕਤੰਤਰੀ ਪ੍ਰਣਾਲੀ ਆ, ਪਰ ਇਹਦੇ ਵਿੱਚ ਸ਼ਕਤੀਆਂ ਦਾ ਬਹੁਤ ਕੇਂਦਰੀਕਰਨ ਆ, ਇਹਦੇ ਵਿੱਚ ਸਟੇਟ ਆ ਜਿਹੜੀ ਉਹ ਕਾਨੂੰਨ ਦਾ ਰਾਜ ਲਾਗੂ ਕਰਨ ਦੀ ਥਾਂ ਉਹ ਜ਼ਬਰ ਲਾਗੂ ਕਰਦੀ ਹੈ। ਇਹਦੇ ਵਿੱਚ ਲੋਕਾਂ ਨੂੰ ਪੁਰਾਮਨ ਤਰੀਕੇ ਨਾਲ ਵਿਰੋਧ ਕਰਨ ਦੀ ਲੋੜ ਆ। ਪੁਰਾਮਨ ਤਰੀਕੇ ਦਾ ਮਤਲਬ ਇਹ ਨਹੀਂ ਹੈ ਵੀ ਸਾਨੂੰ ਕੁੱਟੀ ਜਾਓ, ਇਹ ਗੱਲ 100% ਸਹੀ ਆ ਵੀ ਜਿਹੜੇ ਮਨੁੱਖੀ ਹੱਕਾਂ ਦੀ ਗੱਲੇ ਤਾਂ ਉੱਠਦੀ ਆ ਜਦੋਂ ਸਟੇਟ ਇੱਕ ਜ਼ਾਲਮ ਦਾ ਰੋਲ ਨਿਭਾਉਂਦੀ ਆ, ਸਟੇਟ ਇਨਸਾਫ਼ ਨਹੀਂ ਕਰਦੀ, ਵਿਰੋਧੀ ਜਾਂ ਉਹ ਤਾਂ ਸੈਲਫ ਡਿਫੈਂਸ ਲਈ ਉਹਨਾਂ ਦੀ ਹਿੰਸਾ ਹੁੰਦੀ ਆ। ਇਹਨਾਂ ਦੀ ਗੱਲ ਮੈਂ ਨਾਲ ਸਹਿਮਤ ਹਾਂ ਵੀ ਜਦੋਂ ਸਟੇਟ ਆਪ ਕਾਨੂੰਨ ਦੇ ਅਨੁਸਾਰ ਚੱਲੂ, ਆਪ ਹਿੰਸਾ ਨਹੀਂ ਕਰੂ, ਤਾਂ ਜੇ ਕੋਈ ਹਿੰਸਾ ਦਾ ਤਰੀਕਾ ਵਰਤਦਾ ਉਹਨੂੰ ਸਹੀ ਲੀਹ 'ਤੇ ਲਿਆਉਣ ਲਈ ਦਬਾਅ ਵੀ ਤਾਂ ਹੀ ਬਣਦਾ। ਮੈਨੂੰ ਚਾਹੀਦਾ, ਮੈਂ ਸਵਾਲ ਕੀਤਾ ਦੁਨੀਆਂ ਭਰ ਵਿੱਚ ਕਿਹੜੀ ਬਹਿਸ ਦੀ ਲੋੜ ਹੈਗੀ, ਸਿਰਫ ਦੇਸ਼ ਵਿੱਚ ਬਹਿਸ ਦੀ ਲੋੜ ਹੈਗੀ ਹੈ? ਨਹੀਂ ਨਹੀਂ ਨਹੀਂ, ਦੁਨੀਆਂ ਦੇ ਵਿੱਚ ਇੱਕ ਤਾਂ ਹੈ ਕਿ ਜਿਹੜਾ ਡੈਮੋਕਰੇਟਿਕ ਜਿੰਨੇ ਵੀ ਸਿਸਟਮ ਹੈਗੇ ਆ, ਜਿਨ੍ਹਾਂ ਦੀ ਅਸੀਂ ਹੁਣੇ ਗੱਲ ਕਰ ਰਹੇ ਹਾਂ ਕਿ ਲੋਕਤੰਤਰ ਹੈ ਕਿ ਨਹੀਂ ਹੈ, ਉਹ ਤਾਂ ਆਪਣੇ ਆਪ 'ਚ ਆਪਣੀ ਜਿਹੜੀ ਸ਼ਕਤੀ ਆ, ਪੋਟੈਂਸ਼ੀਅਲਟੀ ਆ, ਉਹ ਐਗਜ਼ਾਸਟ ਕਰ ਚੁੱਕਾ ਆ, ਔਰ ਉਹਦੇ ਵਿੱਚ ਹੁੰਦਿਆਂ ਹੋਇਆਂ ਹੀ ਜਿੰਨੀ ਇੰਨੀ ਅਸਮਾਨਤਾ, ਆਕੂਪਾਈ ਵਾਲ ਸਟਰੀਟ ਕੀ ਆ, ਵੀ ਆਰ 99% ਔਰ 1% ਸਾਡੇ 'ਤੇ ਰਾਜ ਕਰ ਰਿਹਾ, ਅਸੀਂ ਨਹੀਂ ਕਰਨ ਦਿਆਂਗੇ। ਉਹ ਕਿੱਡੀ ਵੱਡੀ ਮੂਵਮੈਂਟ ਅਮਰੀਕਾ 'ਚੋਂ ਚੱਲੀ, ਜਿਹੜੀ ਸਭ ਤੋਂ ਅਮੀਰ ਦੇਸ਼ ਇਸ ਵੇਲੇ, ਇਹ ਵੀ ਮਨੁੱਖੀ ਅਧਿਕਾਰਾਂ ਦਾ ਕਾਨ ਹੈ, ਬਿਲਕੁਲ 1% ਕੋਲੇ ਸਾਰਾ ਕੁਝ ਹੈਗਾ, ਬਿਲਕੁਲ ਵੱਡੇ ਪੱਧਰ 'ਤੇ ਹੈ। ਇਸ ਕਰਕੇ
जिहड़ी डेमोक्रेसी जिहदी असी गल कर रहे हां वो इन्ने वड्डे असमानता दे विच भावें ओह समाजिक होवे सभ्याचारक होवे सेहत दी होवे काम दी होवे होर हक हकूकां दी होवे पाड़ा सिर्फ इत्थे ही है मैं तो सवाल ही कर रहा सारी दुनिया सारी दुनिया च हैगा सारी दुनिया च हैगा और उस लई इह जरूरी हैगा कि असी जिहड़ी हुण किस्म दी जिस किस्म दी वोटां पाउण दी डेमोक्रेसी कहिंदे आ और सत्ता च आ के जो मर्जी लोकां दा करदे आ उस नूं लोकां दी भागीदारी वाली जी पावर नूं डिवॉल्व करके किवें भागीदारी वाली डेमोक्रेसी लियाउणी आ थल्ले तक पावर जाणी चाहीदी ग्राम सभा तक जाणी चाहीदी हां कैंत साहब ने कहा डेमोक्रेटिक वे तुसीं पुछा डेमोक्रेसी है मैं कहना डेमोक्रेसी दे बहुत खतरे ने प्रणाली दे विच है एक्शन च नहीं गी परंतु संगठना नूं लोकां नूं आवाज डेमोक्रेटिक वे दे विच उठाणगे ओदी संभाव ओदे नाल ही नवी संभावना बनदी है ओही चुनौती है कि किवें उठाण पर जदों डेमोक्रेटिक वे नाल उठाणगे ते सरकारां जिहड़ी तशद्दद करदियां ने कि संगठन या ऑर्गेनाइजेशन अनडेमोक्रेटिक ने इस करके अनडेमोक्रेटिक होण दा लॉजिक घड़दियां ने ओहनूं भी रोकण दा राह भी डेमोक्रेटिक वे दे अंदोलन ਤੇ ਆਵਾਜ਼ਾਂ ਨਾਲ ਹੀ ਨਿਕਲਣਾ ਚਲੋ ਬਹੁਤ ਧੰਨਵਾਦ ਇਨਕਲਾਬ ਦੀ ਜ਼ਰੂਰਤ ਹੈਗੀ ਕ੍ਰਾਂਤੀ ਜ਼ਰੂਰਤ ਹੈਗੀ ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਗਦਾਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਕੈਂਸ ਸਾਹਿਬ ਤੁਹਾਡਾ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਗੱਲ ਮਨੁੱਖੀ ਅਧਿਕਾਰਾਂ ਦੇ ਕਾਨ ਤੇ ਸਨਮਾਨ ਦੀ ਕੀਤੀ ਹੈਗੀ ਹੈ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੌਣ ਕਰਦਾ ਤੇ ਕਾਨ ਕੌਣ ਕਰਦਾ ਸਾਡੇ ਹੱਕ ਇੱਥੇ ਰੱਖ ਮੈਂ ਛੋਟੇ ਹੁੰਦੇ ਤੋਂ ਇਹ ਸੁਣਿਆ ਸੀਗਾ ਵੀ ਸਾਡੇ ਹੱਕ ਇੱਥੇ ਰੱਖ ਪਰ ਜਦੋਂ ਸਾਡੇ ਹੱਕ ਇੱਥੇ ਰੱਖਦੀ ਆਵਾਜ਼ ਚੁੱਕਦਾ ਹੈਗਾ ਤਾਂ ਇੱਕ ਪਾਸੇ ਪਤਾ ਨਹੀਂ ਕਿਉਂ ਐਂ ਲੱਗਦਾ ਕਿ ਸੁਨੇਹਾ ਆ ਜਾਂਦਾ ਜਿਵੇਂ ਮਾਲੀ ਸਾਹਿਬ ਕਹਿ ਰਹੇ ਕਿ ਸੋਧ ਦੇਵਾਂਗੇ ਜਦੋਂ ਇਹ ਆਵਾਜ਼ ਚੁੱਕਦਾ ਹੈਗਾ ਤਾਂ ਲੱਗਦਾ ਇਹ ਵੀ ਹੈਗਾ ਕਿ ਹੁਣ ਮੈਨੂੰ ਪਤਾ ਨਹੀਂ ਕਦੋਂ ਤੀਕਰ ਆਵਾਜ਼ ਚੁੱਕਣ ਦਾ ਮੌਕਾ ਮਿਲੇਗਾ ਪਰ ਸਵਾਲ ਹੈਗਾ ਕਿ ਪੁੱਛਿਆ ਹਾਲ ਸ਼ਹਿਰ ਦਾ ਤਾਂ ਮੁਸਕਰਾ ਕੇ ਬੋਲੇ ਲੋਕ ਤਾਂ ਜਿੰਦਿਆਂ ਨੇ ਜ਼ਮੀਰਾਂ ਦਾ ਪਤਾ ਨਹੀਂ ਬਹੁਤ ਧੰਨਵਾਦ